ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਮੈਂ ਤੁਹਾਡੀ ਹੋਸਟ ਫੀਤ ਕੋ ਟੀਵੀ 84 ਦਾ ਨਲ ਵੀਰ ਜਿਸ ਸਤ ਸਾਰੇ ਜਾਣਦੇ ਕਿ ਪਾਵੇਂ ਅਜੋਕੇ ਸਮੇਂ ਦੇ ਵਿੱਚ ਸਾਇੰਸ ਜਾਂ ਡਾਕਟਰੀ ਯੋਗ ਕਰਕੇ ਆਮ ਲੋਕਾਂ ਦਾ ਚੋਲਾ ਚੁੱਕ ਡਾਕਟਰਾਂ ਤੋਂ ਵਿਸ਼ਵਾਸ ਉੱਟ ਚੁਕਿਆ ਹੈ ਪਰ ਸਿੱਖੀ ਸਿਧਾਂਤਾਂ ਨੂੰ ਮੁੱਖ ਰੱਖ ਕੇ ਗੁਰਬਾਣੀ ਕਰਕੇ ਹਰ ਬਿਮਾਰੀ ਦਾ ਇਲਾਜ ਸੰਭਵ ਹੈ ਜਿਵੇਂ ਕਿ ਪੁਰਾਤਨ ਸਮੇਂ ਵਿੱਚ ਰਜਨੀ ਦੀ ਕਹਾਣੀ ਜਿਸ ਨੂੰ ਕਿ ਉਸਦੇ ਪਿਤਾ ਨੇ ਕੋੜੀ ਨਾਲ ਵਿਆ ਦਿੱਤਾ ਸੀ ਪਰ ਗੁਰੂ ਤੇ ਵਿਸ਼ਵਾਸ ਭਰੋਸਾ ਸਦਕਾ ਉਹ ਮੁੜ ਤੰਦਰੁਸਤ ਹੋ ਗਿਆ ਕਿਆਂ ਦਾ ਪਾਮ ਇਹ ਹੈ ਕਿ ਗੁਰਬਾਣੀ ਵਿੱਚ ਇੰਨੀ ਪਾਵਰ ਹੈ ਕਿ ਇਸ ਨੂੰ ਪੜਨ ਸੁਣਨ ਤੇ ਗਾਣ ਨਾਲ ਹਰ ਬਿਮਾਰੀ ਤੋਂ ਛੁਟਕਾਰਾ ਮਿਲਣਾ ਸੰਭਵ ਹੈ ਵਿਅਰਸ ਇਸ ਨੂੰ ਆਧਾਰ ਬਣਾ ਕੇ ਸਰਵਰੋਗ ਕਾ ਉਖਤ ਨਾਮ ਸੰਸਥਾ ਵੱਲੋਂ ਹਰ ਪੁਰਾਣੀ ਮਾਤੜ ਨੂੰ ਸ਼ਬਦ ਗੁਰੂ ਨਾਲ ਜੋੜ ਕੇ ਉਸ ਦਾ ਇਲਾਜ ਕੀਤਾ ਜਾਂਦਾ ਹੈ ਅੱਜ ਅਸੀਂ ਤੁਹਾਡੀ ਮੁਲਾਕਾਤ ਇਸ ਸੰਸਥਾ ਦੇ ਫਾਲੋਅਰ ਡਾਕਟਰ ਬਲਵੰਤ ਸਿੰਘ ਜੀ ਨਾਲ ਕਰਵਾਉਣ ਜਾ ਰਹੇ ਹਾਂ ਜਿਹੜੇ ਕਿ ਇਸ ਲਸਾਨਾ ਸਟੋਰੀ ਦੇ ਵਿੱਚ ਸ਼ਾਮਿਲ ਹਨ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਜੀ ਪ੍ਰਵਾਨਤ ਸਾਹਿਬ ਜੀ ਸਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੀ ਟੀਵੀ 84 ਦੇ ਦਸ਼ਕਾਂ ਦੇ ਅੱਜ ਪਹਿਲੀ ਵਾਰ ਰੂਬਰੂ ਹੋ ਰਹੇ ਹੋ ਅ ਅਸੀਂ ਗੁਰਬਾਣੀ ਵਿਚਾਰ ਬਾਰੇ ਵੀ ਗੱਲਬਾਤ ਕਰਾਂਗੇ ਪਰ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਬਾਰੇ ਜਾਨਣਾ ਚਾਹਾਂਗੇ ਕਿ ਤੁਸੀਂ ਕਦੋਂ ਤੋਂ ਇਸ ਸੰਸਥਾ ਨੂੰ ਫੋਲੋ ਕਰ ਰਹੇ ਹੋ ਇਹ ਸੰਸਥਾ ਕਦੋਂ ਹੋਣ ਦੇ ਵਿੱਚ ਆਈ ਇਸ ਬਾਰੇ ਇਸ ਦੇ ਬਾਰੇ ਜਾਣਕਾਰੀ ਦਿਓ ਮੈਂ ਮੈਡੀਕਲ ਡਾਕਟਰ ਬੇਸਿਕਲੀ ਜੀ ਫੌਟਰੇ 5 ਸਾਲ ਹਾਂਜੀ ਤੇ ਮੇਰੇ ਬ੍ਰਦਰ ਸੁਧਾਰਦੇਵ ਸਿੰਘ ਆਈਐਸ ਜਿਨ੍ਹਾਂ ਨੇ 83 1983 ਜੋ ਸੰਸਥਾ ਸ਼ੁਰੂ ਕੀਤੀ ਸੀ ਜੀ ਤੇ ਮੈਂ 48 ਕਿ 75 ਚ ਆ ਗਿਆ ਸੀ ਸਿਵਲ ਪ੍ਰੈਕਟਿਸ ਕਰਨ ਵਾਸਤੇ ਹਾਂਜੀ ਤੇ ਮੈਨੂੰ ਕਹਿੰਦੇ ਸੀ ਤੁਸੀਂ ਸ਼ੁਰੂ ਕਰੋ ਤੇ ਮੈਨੂੰ ਬਹੁਤ ਯਕੀਨ ਨਹੀਂ ਚ ਆਉਂਦਾ ਹਾਂਜੀ ਇਹ ਹੋ ਨਹੀਂ ਸਕਦਾ ਜੀ 87 ਵਿੱਚ ਮੇਰੀ ਵਾਈਫ ਪ੍ਰਿੰਸੀਪਲ ਰਹਿ ਉੱਥੇ ਲੁਧਿਆਣਾ ਕਾਲਜ ਹਾਂਜੀ ਸਵੈਮਨ ਕਰਾਇਆ ਵਾਈਸ ਚਾਂਸਲਰ ਬੁਲਾਏ ਟੀਚਰਸ ਆਏ ਫਿਰ ਉਹਨੇ ਸੋਚਿਆ ਕਿ ਕੈਂਪ ਲਾ ਲੋ ਹਾਂਜੀ 87 ਜਦ ਸੀ ਫਸਟ ਕੈਂਪ ਲਾਇਆ ਹੀਲਿੰਗ ਕੈਂਪ ਜੀ ਜਿਸ ਦਸ ਬਹੁਤ ਹੀ ਸੀਰੀਅਸ ਮਰੀਜ਼ ਦਾਖਲ ਹੋਏ ਜਿੱਥੇ ਮੈਨੂੰ ਲੱਗਾ ਵੀ ਇਹਨਾਂ ਦੇ ਕਈ ਡੈਥ ਹੋ ਸਕਦੀ ਹੈ ਕੈਂਸਰ ਪ੍ਰੋਸਟੇਟਸ ਇੱਕ ਬੰਦਾ ਟੈਮਰਸਟੇਸੀ ਤੇ ਉਹਨਾਂ ਨੂੰ ਕਿਵੇਂ ਸੀਟੀ ਗਲਾਦੋਗੇ ਦਰਦ ਦੇ ਟੀਕੇ ਮਾਫੀ ਨੇ ਜੀ ਤਾਂ ਆਵਾਜ਼ ਆਫਰਡ ਮੈਸ ਹੈ ਜਿਸ ਮੈਨੂੰ ਘਰੀ ਰਹਿ ਜਾਣ ਵੀ ਇੱਥੇ ਖਤਮ ਨਾ ਹੋ ਜਾਏ ਹਾਂਜੀ ਫਿਰ ਸਰਵਾਈਵ ਉਹ ਕਾਫਰ ਕਵਰ ਕਰ ਗਿਆ ਸੋ ਦਰ ਇਜ਼ ਆਈ ਓਪਨਿੰਗ ਫਾਰ ਮੀ ਉਹਦੇ ਬਾਅਦ ਫਿਰ ਅਸੀਂ ਸੈਸ਼ਨ ਵੀਕਲੀ ਸੈਸ਼ਨ ਮਹੀਨੇ ਬਾਅਦ ਇਹ ਦਿਲਾਉਂਦੇ ਰਹੇ ਹਾਂਜੀ ਤੇ ਹੁਣ ਟੁਆਇਸ ਅイヤー ਸੈਸ਼ਨ ਸਾਡੇ ਹੀਲਿੰਗ ਕੈਂਪ ਲੱਗਦੇ ਲੁਧਿਆਣੇ ਚ ਜੀ ਬਹੁਤ ਹੀ ਕਾਮਯਾਬ ਹੈ ਤੇ ਹੁਣ ਅਸੀਂ ਪਿਛਲੇ ਕਈ ਸਾਲਾਂ ਤੋਂ ਹਫਤੇ 4 ਦਿਨ 384 ਐਲਮ ਵਾਲਡਾਉਂ ਵਿੱਚ ਜੀ ਹੀਲਿੰਗ ਸੈਸ਼ਨ ਲਾਉਨੇ ਆ ਹਾਂਜੀ ਬੜੇ ਦੂਰ ਦੂਰ ਲੋਕੀ ਆਉਂਦੇ ਆ ਸਾਰੇ ਇੰਡੀਆ ਚੋਂ ਹਾਂਜੀ ਵਰਲਡ ਵਾਈਡ ਆਉਂਦੇ ਆ ਅਮਰੀਕਾ ਤੋਂ ਕੈਨੇਡਾ ਤੋਂ ਨਿਊਜ਼ੀਲੈਂਡ ਆਸਟ੍ਰੇਲੀਆ ਹਾਂਜੀ ਇੰਗਲੈਂਡ ਤੋਂ ਲੋਕੀ ਆ ਕੇ ਉੱਥੇ ਰਹਿ ਕੇ ਆਰਾਮ ਪਾ ਕੇ ਜਾਂਦੇ ਆ ਤੇ ਖੁਸ਼ੀ ਦੀ ਗੱਲ ਹੈ ਕਿ ਅਸੀਂ ਚਾਰਜ ਕੁਝ ਨਹੀਂ ਕਰਦੇ ਜੀ ਕਿਸੇ ਕੋ ਕੋਈ ਚਾਰਜ ਅਜੇ ਤੱਕ ਨਹੀਂ ਲਿਆ ਵੀ ਤੇ ਠੀਕ ਹੈ ਮਰਜੀ ਨਾਲ ਡੋਨੇਟ ਕਰ ਦਿੰਦੇ ਆ ਖਰਚਾ ਕਾਫੀ ਹੁੰਦਾ ਹੈ ਸਾਡਾ ਹਾਂਜੀ ਇਹ ਨਹੀਂ ਕਿ ਵੀ ਅਸੀਂ ਖਰਚਾ ਨਹੀਂ ਹੁੰਦਾ ਪਰ ਆਪ ਆਪਣੇ ਆਪ ਵੀ ਡੋਨੇਟ ਕਰ ਦਿੰਦੇ ਆ ਸਾਨੂੰ ਕਦੀ ਮੰਗਣ ਦੀ ਲੋੜ ਨਹੀਂ ਪਈ ਤੇ ਸਾਡੀ ਸੰਸਥਾ ਜਿਹੜੀ ਹੈ ਚੈਰੀਟੇਬਲ ਇੰਸਟੀਟਿਊਸ਼ਨ ਹੈ ਗਵਰਨਮੈਂਟ ਆਫ ਇੰਡੀਆ ਦੇ ਨਾਲ ਹਾਂਜੀ ਤੇ ਜਿਹੜਾ ਉਸ ਤੇ ਡਿਨੋਟ ਕਰਦੇ ਆ ਹਾਂਜੀ ਉਹਨਾਂ ਐਗਜ਼ੈਂਪਸ਼ਨ ਮਿਲ ਜਾਂਦੀ ਹੈ ਜੀ ਜੀ ਤੇ ਅਸੀਂ ਇਹ ਵੀ ਜਾਨਣਾ ਚਾਹਾਂਗੇ ਜਿਸ ਤਰ ਤੁਸੀਂ ਗੁਰਬਾਨੀ ਦੇ ਆਧਾਰ ਦੇ ਉੱਤੇ ਮਰੀਜ਼ਾਂ ਦਾ ਇਲਾਜ ਕਰਦੇ ਹੋ ਗੁਰਮਤ ਅਨੁਸਾਰ ਇਹ ਕਿੱਥੋਂ ਤੱਕ ਜਾਇਜ਼ ਹੈ ਤੁਹਾਡੇ ਖਿਆਲ ਨਾਲ ਇਹ ਗੁਰਮਤ ਅਨੁਸਾਰ ਹੀ ਹੈ ਜੀ ਸੁਣੋ ਇਹ ਦੁਖ ਪਾਪ ਦਾ ਨਾਸ ਦੁਖ ਤਦੇ ਜਾ ਵਿਸਰੇ ਸੁਖ ਪਵਜ ਤੇ ਆਏ ਗਏ ਕਲੇਸ਼ ਰੋਗ ਸਭ ਨਾਸੇ ਜੀ ਰੋਗ ਨਸ ਜਾਣੇ ਤੇ ਗੁਰਬਾਣੀ ਚ ਲਿਖਿਆ ਹੈ ਹਾਂਜੀ ਤੇ ਗੁਰਬਾਣੀ ਦੇ ਅਨਸਾਰ ਹੀ ਰਾਂ ਵਾਰਿਆ ਅਸੀਂ ਕੁਝ ਵੀ ਨਹੀਂ ਕਰਦੇ ਜਿਹੜਾ ਗੁਰਬਾਣੀ ਦੇ ਅਨੁਕੂਲ ਨਹੀਂ ਹੈ ਹਾਂਜੀ ਨਿਤਨੇਮ ਦਾ ਪਾਠ ਕਰਨਾ ਚਾਹੀਦਾ ਆਪਾਂ ਨੂੰ ਰੈਸਾ ਪਾਠ ਕਰਨਾ ਚਾਹੀਦਾ ਹੈ ਸਿੰਘ ਸਾਹਿਬ ਦਾ ਪਾਠ ਕਰਨਾ ਚਾਹੀਦਾ ਹੈ ਗੁਰੂ ਸਾਹਿਬ ਦਾ ਪਾਠ ਕਰਨਾ ਚਾਹੀਦਾ ਹੈ ਅਸਅਦ ਵਾਰ ਦਾ ਕੀਰਤਨ ਹੋਣਾ ਚਾਹੀਦਾ ਹੈ ਅਸੀਂ ਇਹ ਚੀਜ਼ਾਂ ਕਰੀਦੀਆਂ ਜੇ ਪਬਲਿਕ ਨੂੰ ਆਰਾਮ ਆ ਜਾਏ ਹਾਂਜੀ ਤੇ ਗੁਰਮਤ ਦੇ ਅੰਸਾਰ ਹੀ ਹੈ ਹਾਂਜੀ ਕੋਈ ਲੋਕਾਂ ਨੂੰ ਸਾਡੇ ਖਾਸ ਕਰਕੇ ਕਈ ਜਥੇਬੰਦੀ ਯਕੀਨ ਨਹੀਂ ਹੁੰਦਾ ਬਿਲਕੁਲ ਵੀ ਕਿਵੇਂ ਆਰਾਮ ਆ ਸਕਦਾ ਹੈ ਹਾਂਜੀ ਤੇ ਮੇਰੀ ਬੇਨਤੀ ਹੈ ਵੀ ਤੁਸੀਂ ਲੁਧਿਆਣੇ ਆ ਜਾਓ ਹਾਂਜੀ ਤੁਹਾਨੂੰ ਜਿੰਨਾ ਬੰਦਾ ਆਰਾਮ ਆ ਚੁੱਕਾ ਹੈ ਉਹਨਾਂ ਨੂੰ ਮਿਲੋ ਉਹਨਾਂ ਕੋਲ ਰਿਕਾਰਡ ਵੀ ਹੈਗਾ ਹਾਂਜੀ ਗੁਰਨਾਨਕ ਹੀਲਿੰਗ.com ਤੁਸੀਂ ਦੇਖੋ ਉਹਦੇ ਵਿੱਚ ਪੇਸ਼ੈਂਟਸ ਦਾ ਰਿਕਾਰਡ ਹੈ ਜੀ ਮੇਰਾ ਨਹੀਂ ਬਣਾਇਆ ਹੋਇਆ ਜੀ ਇਹ ਹਸਪੀਟਲ ਦਾ ਬਣਾਇਆ ਹੋਇਆ ਹੈ ਹਸਪੀਟਲ ਵਿੱਚ ਟੈਸਟ ਹੋਇਆ ਇਨਵੈਸਟੀਗੇਟ ਕੀਤਾ ਹੋਇਆ ਤੇ ਬੰਦੇ ਨੂੰ ਰਵਾ ਮਾ ਚੁੱਕਾ ਹੈ ਹਾਂ ਜੀ ਉਹਨਾਂ ਫੋਨ ਨੰਬਰ ਵੀ ਲਿਖਿਆ ਹੋਇਆ ਹੈ ਉਹ ਰਿਪੋਰਟਾਂ ਵੀ ਹੈਗੀਆਂ ਤੇ ਮੇਰਾ ਖਿਆਲ ਕੋਈ ਦੁਨੀਆ ਦੇ ਡਾਕਟਰ ਉਸ ਚੈਲੰਜ ਨਹੀਂ ਕਰ ਸਕਦਾ ਚੈਲੰਜ ਮੈਨੂੰ ਨਹੀਂ ਕਰੂਗਾ ਚੈਲੰਜ ਉਹਨਾਂ ਡਾਕਟਰ ਨੂੰ ਕਰ ਜਿਹਨੇ ਡਾਇਗਨੋਸ ਕੀਤਾ ਹਾਂਜੀ ਇਸ ਕਰਕੇ ਵੀ ਆ ਬਿਯੋਂਡ ਡਾਊਟ ਕੋਈ ਬੰਦਾ ਸਾਡੇ ਤੇ ਕੋਈ ਇਹੋ ਜਿਹਾ ਇਲਜ਼ਾਮ ਨਹੀਂ ਲੈ ਸਕਦਾ ਸੀ ਕੀ ਕਰਦੇ ਹਾਂ ਜੀ ਗੁਰਬਾਣੀ ਹੀ ਪੜਦੇ ਹਾਂ ਗੁਰਬਾਣੀ ਦਾ ਹੀ ਪ੍ਰਚਾਰ ਕਰਦੇ ਹਾਂ ਜੇ ਕੋ ਬੰਦੇ ਜੇ ਕਦੀ ਪਾਠ ਕਰਦੇ ਨਹੀਂ ਗੁਰਦੁਆਰੇ ਵਿੱਚ ਜਾਂਦੇ ਕੋਈ ਪਾਠ ਕਰਨੇ ਸ਼ੁਰੂ ਹੋ ਗਏ ਬਈ ਤੇ ਮੈਨੂੰ ਐਜ਼ ਅ ਸਿੱਖ ਬਹੁਤ ਬਹੁਤ ਖੁਸ਼ੀ ਹੁੰਦੀ ਹੈ ਉਹ ਵੀ ਜਿਨ੍ਹਾਂ ਕਦੀ ਪਾਠ ਕੀਤਾ ਹੀ ਨਹੀਂ ਸੀ ਉਹ ਪਾਠ ਕਰਨੇ ਸ਼ੁਰੂ ਹੋ ਗਏ ਜੀ ਤੇ ਮੇਰੇ ਵਾਸਤੇ ਇਹ ਦੂ ਵੱਡੀ ਕੋਈ ਖੁਸ਼ੀ ਦੀ ਗੱਲ ਨਹੀਂ ਇਹ ਗੁਰੂ ਦਾ ਹੁਕਮ ਹੈ ਨਾ ਜੀ ਬਿਲਕੁਲ ਬਿਲਕੁਲ ਜੇ ਤੁਸੀਂ ਜਾਣਾ ਚਾਹਵਾਂਗੇ ਜੇ ਤੁਸੀਂ ਤੁਸੀਂ ਕਹਿ ਰਹੇ ਕਿ ਲੁਧਿਆਣਾ ਦੇ ਵਿੱਚ ਤੁਸੀਂ ਕੈਂਪਸ ਲਗਾ ਰਹੇ ਹੋ 올 ਓਵਰ ਇੰਡੀਆ ਕੈਂਪਸ ਲਗਾ ਰਹੇ ਹੋ ਕਿ ਤੁਸੀਂ ਅਮਰੀਕਾ ਦੇ ਵਿੱਚ ਵੀ ਜੇ ਤੁਸੀਂ ਹੁਣ ਅਮਰੀਕਾ ਦੇ ਵਿੱਚ ਆਏ ਹੋ ਤੁਸੀਂ ਮੈਕਦੇ ਵਿੱਚ ਕੋਈ ਕੈਂਪਸ ਲਗਾਓਗੇ ਅਗਰ ਪੀਪਲ ਖਣਾ ਗੁਰੂ ਇੰਡੀਆ ਦੇ ਕੁਡ ਕੱਲ ਅਸੀਂ ਇੱਥੇ ਨਿਊਯਾਰਕ ਚ ਜਾ ਰਹੇ ਹਾਂ ਜੀ ਜਗਾ ਇੱਕ ਦੋ ਦਿਨ ਘੰਟੇ ਸੈਸ਼ਨ ਹੀਲਿੰਗ ਸੈਸ਼ਨ ਤੇ ਪਰਸੋਂ ਵੀ ਜਾ ਰਹੇ ਹਾਂ ਜੀ ਤੇ ਕੱਲ ਸਬਖਸ਼ਾ ਲੁਬਾਣਾ ਗੁਰਦੁਆਰਾ ਹੈ ਉੱਥੇ ਰਕਣਾ ਤੇ ਪਰਸੋਂ ਫਲਸ਼ਿੰਗ ਗੁਰਦੁਆਰਾ ਹੈ ਉੱਥੇ ਰਕਣਾ ਫਲਸ਼ਿੰਗ ਜੀ ਹਾਂਜੀ ਫਲਸ਼ਿੰਗ ਗੁਰਦੁਆਰਾ ਫਲਸ਼ਿੰਗ ਫਲਸ਼ਿੰਗ ਜੀ ਸ਼ਿੰਗੁਰ ਜੀ ਅਮ ਜਿਸ ਤਰ੍ਹਾਂ ਲਾਈਕ ਅ ਇਵਨ ਲਾਈਕ ਰੀਸੈਂਟਲੀ ਆਈ ਫਾਊਂਡ ਅਦਰ ਵਨ ਆਫ ਮਾਈ ਫਰੈਂਡ ਸ਼ੀ ਵਾਸ ਮਾਈ ਚਾਈਲਡਹੂਡ ਫਰੈਂਡਸ ਐਂਡ ਸ਼ੀ ਹੈਡ ਅ ਕੈਂసర్ ਬਟ ਆਲਸੋ ਸਿਕ ਫੈਮਿਲੀ ਟੂ ਬਿਲੋਂਗ ਕਰਦੀ ਆ ਪਰਦਨ ਵਨ ਆਈ ਸਪੋਕ ਟੂ ਹਰ ਫਾਦਰ ਦੇ ਸੈਡ ਕਿ ਅਸੀਂ ਡਾਕਟਰ ਕੋ ਇਲਾਜ ਕਰਾਵਾਂਗੇ ਵਾਟ ਡੂ ਯੂ ਵਾਂਟ ਟੂ ਸੇ ਅਬਾਊਟ ਦੈਟ ਡੋਨਟ ਟੂ ਥਿੰਕ ਕਿ ਉਹਨਾਂ ਦਾ ਵੀ ਕਿੰਨੇ ਕਿੰਨੀਆਂ ਵੱਡੀਆਂ ਬਿਮਾਰੀਆਂ ਦਾ ਇਲਾਜ ਹੋ ਸਕਦਾ ਇਸ ਗੁਰਬਾਨੀ ਦੇ ਨਾਮ ਸ਼ੁਰ ਅਸੀਂ ਐਜ਼ ਅ ਡਾਕਟਰ ਮੈਂ ਮੈਡੀਕਲ ਡਾਕਟਰ ਵੀ ਹਾਂ ਅਸੀਂ ਜੋ ਲੋਕਾਂ ਨੂੰ ਕਹਿੰਦੇ ਵੀ ਆਪਣਾ ਇਲਾਜ ਕਰਾਓ ਪਾਠ ਕਰੋ ਜੀ ਹੁ ਕਦਰ ਰਾਜ ਨਹੀਂ ਹੋ ਸਕਦਾ ਹਾਂਜੀ ਟਰਮੀਨਲ ਸਟੇਜ ਹੈ ਫਿਰ ਭਈ ਇੱਥੇ ਆ ਜਾਓ ਸ਼ਰਟਲੀ ਤੈਨੂੰ ਲੀਵ ਮਿਲੇਗਾ ਬਹੁਤ ਕੰਫਰਟੇਬਲ ਹੋਏਗਾ ਹੋ ਸਕਦਾ ਜੇ ਤੁਹਾਡੇ ਲੰਬੀ ਉਮਰ ਦਾ ਰਾਮ ਆ ਜਾਏ ਹਾਂਜੀ ਤਾਂ ਹੋ ਸਕਦਾ ਨਹੀਂ ਰਾਮ ਆ ਜਿੰਨੀ ਦੇਰ ਉਮਰ ਹੈ ਉਹਨੇ ਤੇ ਕੰਫਰਟੇਬਲ ਰਹੋਗੇ ਜੀ ਜੀ ਨਹੀਂ ਤੇ ਦਵਾਈਆਂ ਬੁਰੀ ਹਾਲਤ ਕਰ ਦਿੰਦੀ ਬੰਦੇ ਕੈਂਸਰ ਵਾਲੀ ਦਵਾਈਆਂ ਬੰਦੇ ਦੀ ਬਹੁਤ ਬੁਰੀ ਹਾਲਤ ਕਰਦੀ ਕੀਮੋਥੈਰੇਪੀ जी जी बिल्कुल बहुत याद कर दिए बिफोर वी मूव ऑन टू अदर क्वेश्चंस आई वुड लाइक टू आस्क यू बाय योर एक्सपीरियंस ज्यादातर सी फॉलोअर्स uh, बने हो mm -hmm. um, इस संस्थात कोई ऐसा एक्सपीरियंस कोई ऐसा पेशेंट जन थाने लगा होवे कि नहीं ए नहीं सेव कर सके पर वो भी मिरेकल होया होवे, उस बार भी सारे दर्शक आई हैव सीन इन थाउजेंड्स बाय नाउ इन 27 इयर्स नॉट वन जी मैं ऑस्ट्रेलिया पिछले साल गया एक बंदा आर्किटेक्ट चंडीगढ़ दा फॉर 50 इयर्स ਹੀ ਹੈਡ ਸੋਰਾਇਸਿਸ ਹਾਂਜੀ ਸਵੀਅਰ ਫਾਰਮ ਹੁੰਦੀ ਹੈ ਕਹਿੰਦੇ ਮਾਈਲਡ ਹੁੰਦੀ ਹੈ ਕਹਿੰਦੇ ਉਸ ਵੀਅਰ ਫਾਰਮ ਸੀ ਜੀ ਕਹਿੰਦੇ ਜਦੋਂ ਸਵੀਅਰ ਉੱਠਦਾ ਨਾ ਤੇ ਮੇਰੇ ਹੱਥਾਂ 'ਤੇ ਖੂਨ ਨਾ ਭਰੇ ਹੁੰਦੇ ਖਾਰਸ਼ੇ ਨਹੀਂ ਜ਼ਿਆਦਾ ਹੁੰਦੀ ਸਾਰੇ ਸਿਰੇ ਖਾਰਸ਼ ਹੁੰਦੀ ਸੀ ਫਿਰ ਹੋਰ ਟਿਪੀਕਲ ਏ ਟਿਪੀਕਲ ਚੀਜ਼ ਇਹ ਕਹਿੰਦੇ ਮੇਰੇ ਲੱਤਾਂ 'ਤੇ ਇਨੀ ਠੰਡ ਹੁੰਦੀ ਹੈ ਕਿ ਮੈਨੂੰ ਰਜਾਈ ਲੈਣੀ ਪੈਂਦੀ ਹੈ ਉੱਪਰ ਇਨੀ ਗਰਮਿਤਿਕ ਪੱਖਾ ਚਲਾਉਣਾ ਪੈਂਦਾ ਫ 50 ਸਾਲ ਅਸੀਂ ਸਫਰ ਆਸਟ੍ਰੇਲੀਆ 'ਚ ਸਿਡਨੀ 'ਚ ਕੰਮ ਲੱਗਿਆ ਪਾਰਟਲੀ ਗੁਰਦੁਆਰੇ 'ਚ ਹਾਂਜੀ ਤੇ 2 ਦਿਨ ਚੋਂ ਰਾਮ ਆਇਆ ਤੰਦੰਦ ਦਾ ਕੇਮ ਸੀ ਉਹ ਸੋ ਹੈਪੀ ਜੀ ਇਹੋ ਜੇ ਕਈ ਕੇਸ ਦੇਖੇ ਨਰਵਨ ਨਰਵਨ ਜੀ ਜੀ ਦੋਨ ਲੜਕੀਆਂ ਸੀ ਜਨ ਰਾਮ ਆਇਆ ਖਾਸ ਦੋ ਲੇਡੀਜ਼ ਉਥੋਂ ਆਈਏ ਕੈਨਬਰਾ ਤੋਂ ਹਾਂਜੀ ਉਹਨਾਂ ਨੂੰ ਰਿਊਮਟਾਇਡ ਆਰਥਰਾਈਟਿਸ ਸੀ ਸੀਵਰ ਟਾਈਪ ਹਾਂਜੀ ਕਹਿੰਦੀ ਸੀ ਅਸੀਂ ਪੌੜੀ ਨਹੀਂ ਚੜ ਸਕਦੇ ਪੁੱਠੀ ਹੋ ਕੇ ਪੜ ਚੁਗੜਾ ਪੈਂਦਾ ਪੁੱਠੀਆਂ ਹੋ ਕੇ ਪੌੜੀ ਚੜ੍ਹਦੀਆਂ ਸੀ ਰਿੱਢ ਕੇ ਦੁਰਦੀਆਂ ਸੀ ਤੇ ਦੇ ਨੋਰਮਲ ਜੀ ਰਿਕਵਰਡ ਵੈਰੀ ਕੁਇਕਲੀ ਇਹੋ ਜੇ ਮਿਰਕਲ ਜੀ ਕਨ ਸੇ ਮਿਰਕਲ ਸੱਚ ਝੂਠ ਮਿਰਕਲ ਸੱਚ ਹੁੰਦਾ ਹੀ ਨਹੀਂ ਜੀ ਤੇ ਗੁਰਬਾਣੀ ਹੀ ਸੱਚ ਹੈ ਗੁਰਬਾਣੀ ਸੱਚ ਹੈ ਜੀ ਬਿਲਕੁਲ ਕੋਈ ਬੰਦਾ ਚੈਲੰਜ ਕਰੇ ਬੜੇ ਖੁਸ਼ੀ ਨਾਲ ਸਾਡੇ ਕੋਲ ਤੇ ਆਣੇ ਆਵੇ ਹਾਂਜੀ ਤਾਂ ਵੀ ਯੂ ਕੈਨ ਮੀਟ ਸੋ ਮਨੀ ਪੀਪਲ ਨਾਟ ਵਨ ਜੀ ਨਾਟ ਵਨ ਤੇ ਨਾਲ ਜਿਹੜੇ ਇਸ ਤਰ੍ਹਾਂ ਤੁਸੀਂ ਕੈਂਪ ਸਗਾ ਰਹੇ ਇਜ਼ ਇਜ਼ ਓਨਲੀ ਫॉर ਸਿੱਖ ਪੀਪਲ ਕਿ ਸਿਰਫ ਸਿੱਖ ਆਉਂਦੇ ਨੇ ਕਿ ਜਾਂ ਫੇ ਹੋਰ ਵੀ ਬਾਕੀ ਕਮਿਊਨਿਟੀ ਲੋਕ ਕੋਈ ਅਸੀ ਕੋਈ ਕਨਸੀਡਰੇਸ਼ਨ ਇਟ ਸੋ ਬਹੁਤ ਵਿਚਾਰੇ ਗਰੀਬ ਆਦਮੀ ਪਈਏ ਆਉਂਦੇ ਆ ਇਹਨਾਂ ਨੂੰ ਰਾਮ ਆਉਂਦਾ ਹੈ ਹਾਂਜੀ ਜੀ ਜੀ ਤੇ ਆਉਟ ਲਾਈਕ ਟੂ ਆਸਕ ਯੂ ਜਿਸ ਤਰ੍ਹਾਂ ਅਸੀਂ ਗੁਰਬਾਣੀ ਸੁਣਦੇ ਹਾਂ ਪੜ੍ਹਦੇ ਹਾਂ ਜਾਂ ਫੇ ਲਾਈਕ ਬੋਲਦੇ ਹਾਂ ਉਸ ਦੇ ਨਾਲ ਆਰਾਮ ਆਂਦਾ ਪਰ ਜਿਸ ਤਰ੍ਹਾਂ ਕਾਫੀ ਲੋਕ ਹੁੰਦੇ ਨੇ ਉਹ ਸੁਣ ਨਹੀਂ ਸਕਦੇ ਜਾਂ ਵੇਖ ਨਹੀਂ ਸਕਦੇ ਜਾਂ ਬੋਲ ਨਹੀਂ ਸਕਦੇ ਉਹਨਾਂ ਦਾ ਅਸੀਂ ਇਲਾਜ ਕਿਸ ਤਰ੍ਹਾਂ ਕਰ ਸਕਦੇ ਹਾਂ ਇਸ ਕੋਲ ਇਸ ਦਾ ਜਵਾਬ ਇਹ ਹੈ ਉਹਨੂੰ ਬਚਾ ਦੋ ਮਹੀਨੇ ਦਾ ਹਾਂਜੀ ਜਿਸ ਵੀ ਸੀਲੀ ਡਿਜ਼ੀਜ਼ ਸੀ ਜੀ ਕਣ ਖਾ ਹੀ ਨਹੀਂ ਸਕਦਾ ਕਣ ਕੰਦਦੇ ਵੀ ਨਹੀਂ ਹੈ ਦੋ ਦੋ ਸਾਲ ਦਾ ਬੱਚਾ ਸੀ ਹਾਂਜੀ ਦੋ ਸਾਲ ਦਾ ਕਣਕ ਦੇ ਦਿੰਨੇ ਆ ਹਾਂਜੀ ਉਹਨੂੰ ਕਿਧਰ ਆਵਾਗ ਸਮਝ ਨਹੀਂ ਲੱਗਦੀ ਬਿਲਕੁਲ ਉਹ ਬਿਲਕੁਕੁਲ ਆਮ ਆ ਗਿਆ ਇਹੋ ਜੇ ਕਈ ਹੋ ਜੇ ਮਾਮਲ ਜਿਹੜੇ ਅਰਦਾਸ ਤੇ ਲੁਧਿਆਣੇ ਹੋਈ ਹੈ ਹਾਂਜੀ ਬੰਦਾ ਅਮਰੀਕਾ ਸੋ ਉੱਥੇ ਆਮ ਆ ਗਿਆ ਕਿ ਸਮਥਿੰਗ ਯੂ ਕੈਨਟ ਇਮੇਜਨ ਕੀ ਹੁੰਦਾ ਕੀ ਹੈ ਜਦ ਅਗਮ ਅਗੋਚਰ ਬੇਅੰਤ ਤੂੰ ਤੇਰਾ ਅੰਤ ਨਾ ਪਾਰ ਆਵਾਗ ਗੁਰਬਾਣੀ ਦਾ ਅੰਤ ਕੋਈ ਪਾ ਨਹੀਂ ਸਕਦਾ ਹਾਂਜੀ ਕੋਈ ਬੰਦਾ ਅੰਨਿਆਂ ਨੂੰ ਲੰਗੜੇ ਲੋਲਿਆਂ ਨੂੰ ਵੀ ਛੁਰਣਾਂ ਨੂੰ ਬੋੜਿਆਂ ਨੂੰ ਵੀ ਆਮ ਆਉਂਦਾ ਹੈ ਜੇ ਬੱਚੇ ਜਰਾ ਬੋਲੀ ਸਕਦੇ ਉਹ ਬੋਲਣੇ ਸ਼ੁਰੂ ਹੋ ਗਏ ਜਿਹੜੇ ਗੁੰਗੇ ਸੀ ਜੀ ਉਹਨਾਂ ਸੁਣਨਾ ਸ਼ੁਰੂ ਹੋ ਗਿਆ ਸਹੋਜੇ ਕੇਸ ਅਸੀਂ ਦੇਖੇ ਵੀ ਜੀ ਜੀ ਲੜਵਨ ਤਾਂ ਫਿਰ ਜੋ ਜਿਸ ਸੇ ਕੈਂਪਸ ਹੁੰਦੇ ਜਿਸ ਲਗਾਨੇ ਹੋ ਤੁਸੀਂ ਉਸ ਦੇ ਵਿੱਚ ਕਿਸ ਤਰ੍ਹਾਂ ਗੁਰਬਾਣੀ ਪੜਦੇ ਤੁਸੀਂ ਲਾਈਕ ਅਰਦਾਸ ਕਰਦੇ ਹੋ ਜਾਂ ਫਿਰ ਲਾਈਕ ਥਰੂ ਆਊਟ ਦਾ ਜਿ ਸ਼ਬਦ ਗੁਰਬਾਣੀ ਪੜਦੇ ਅਸੀਂ ਜੋ ਕੋਈ ਵੀ ਜਦ ਸਵੇਰ ਨੇਤਨ ਦਾ ਪਾਠ ਪੰਜ ਉਹਨੇ ਪਾਠ ਹੁੰਦਾ ਜੀ ਪਾਠ ਕਰੀਦਾ ਹਾਂਜੀ ਇਹ ਇੱਕ ਜੋ ਬਹੁਤ ਮੇਜਰ ਫੈਕਟਰ ਹੈ ਕਿ ਗੁਰਬਾਣੀ ਨੂੰ ਸ਼ੁੱਧ ਸੋਚ ਬੋਲਦੀ ਹੈ ਹਾਂਜੀ ਜਿਵੇਂ ਲਿਖੀ ਗਈ ਨਾ ਜੀ ਉਦੋਂ ਬੋਲੀਦਾ ਅਸੀਂ ਕਿਉਂਕਿ 27 ਸਾਲ ਸਾਨੂੰ ਹੋ ਗਏ ਸਰਵਿਸ ਕਰਦਿਆਂ ਨੂੰ ਹਾਂਜੀ ਅਸ਼ੁੱਧ ਸੁਝ ਬਾਣੀ ਪੜ੍ਹਨ ਨੂੰ ਸਾਨੂੰ 12 13 ਸਾਲ ਹੋ ਗਏ ਪਰ ਉਹਦਾ ਜਿੱਦਾਂ ਬਹੁਤ ਹੀ ਐਕਸੈਲੇਟਡ ਅਸਰ ਹੁੰਦਾ ਨਾ ਇਦਾਂ ਹੈ ਜੀ ਗੁਰ ਕੀ ਚਰਨ ਕਮਲ ਰਿਧ ਧਾਰੇ ਵਿਗਨ ਨ ਲਾਗੇ ਤਿਲਕਾ ਕੋਈ ਕਾਜ ਸਗਲ ਸਵਾਰੇ ਚਰਨ ਕਮਲ ਗੁਰੂ ਦੇ ਅੱਖਰ ਹਨ ਰਿਧ ਧਾਰ ਨੇ ਅੰਦਰ ਯਾਦ ਹੋ ਜਾਏ ਤੁਹਾਨੂੰ ਜੀ ਕਿਵੇਂ ਲਿਖੇ ਹੋਏ ਹਾਂਜੀ ਤੇ ਜੇ ਤੁਸੀਂ ਗਲਤ ਬੋਲੋਗੇ ਭਾਈ ਯਾਦ ਕਿਦਾਂ ਕਰੋਗੇ ਬਿਲਕੁਲ ਸਹੀ ਬੋਲੋਗੇ ਤੁਸੀਂ ਉਹਨੂੰ ਰੀਪਰੋਡਿਊਸ ਕਰ ਸਕੋ ਬੋਲੋ ਸੁਣੋ ਤੇ ਤੁਹਾਡੀ ਗੱਲ ਬਣਨੀ ਹੈ ਇਹ ਬਹੁਤ ਮੇਜਰ ਫੈਕਟਰ ਹੈ ਅਸੀਂ ਅੱਜ ਬਿਲਕੁਲ ਗੁਰਵਾਣੀ ਦਾ ਬੋਲਣਾ ਹੀ ਨਹੀਂ ਹੁੰਦਾ ਸਾਨੂੰ ਇੱਕ ਲਾਈਨ ਪੜੋ ਨਾ ਇੱਕ ਲਾਈਨ ਪੜ ਕੇ ਕਿਸੇ ਕੋਲ ਦਿਖਾ ਦਿਓ ਤੇ ਪੜ ਨਹੀਂ ਸਕਦੇ ਜਿਹਨੇ ਸੋਚਿਆ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਜੇ ਕੋਣ ਕਿਸੇ ਨੂੰ ਪੜ ਕੇ ਦਿਖਾ ਦੇ ਨਹੀਂ ਪੜ ਸਕਦਾ ਮੂਲ ਮਤਲਬ ਦਾ ਪਾਟ ਨਹੀਂ ਕਰ ਸਕਦਾ ਅਸਲ ਜੀ ਇੰਨਾ ਫਰਕ ਜੀ ਐਂਡ ਆਲਸੋ ਆ ਵੁਡ ਲਾਈਕ ਟੂ ਆਸਕ ਯੂ ਜਿਸ ਤਰ੍ਹਾਂ ਲਾਈਕ ਕਿਸ ਨੂੰ ਕੋਈ ਵੱਡੀ ਬਿਮਾਰੀ ਹੁੰਦੀ ਐਜ਼ ਲਾਈਕ ਵੀ ਸੇ ਕਿ ਅਮ ਕੈਂਸਰ ਹੋ ਗਿਆ ਜਾਂ ਕਿਸ ਨੂੰ ਛੋਟੀ ਬਿਮਾਰੀ ਹੁੰਦੀ ਬਾਡੀ ਸ਼ੇਕਸ অর ਟੈਂਪਰੇਚਰਸ ਇਜ਼ ਨਾ ਨੋਰਮਲ ਕਿ ਇਹਦੇ ਵਿੱਚ ਸਮਾਂ ਸਮਾਂ ਵੀ ਲੱਗਦਾ ਹੈ ਸਮਾਂ ਲਿਮਿਟਿਡ ਹੁੰਦੀ ਹੈ ਕਿ ਜਿਸ ਤਰ੍ਹਾਂ ਵੱਡੀ ਬਿਮਾਰੀ ਨੂੰ ਜ਼ਿਆਦਾ ਟਾਈਮ ਲੱਗੇਗਾ ਛੋਟੀ ਬਿਮਾਰੀ ਨੂੰ ਥੋੜਾ ਘੱਟ ਟਾਈਮ ਲੱਗੇਗਾ ਔਰ ਜਸਟ ਲਾਈਕ ਥਰੂ ਆਊਟ ਦਾ ਗੁਰਬਾਨੀ ਲਾਈਕ ਵੀ ਡੋਨਟ ਰਿਕਮੈਂਡ ਫਾਰ ਮਾਈਨਰ ਐਲਮੈਂਟਸ ਸ਼ੁੱਡ ਕਮ ਟੂ ਅਸ ਜੀ ਦੇ ਸ਼ੁੱਡ ਗੋ ਟੂ ਦਾ ਡਾਕਟਰਸ ਪਰ ਮਾਈਨਰ ਐਲਮੈਂਟਸ ਵੀ ਡੋਨਟ ਰਿਕਮੈਂਡ ਜੀ ਉਹ ਬੰਦੇ ਜਿਹਨੂੰ ਆਮ ਨਹੀਂ ਆ ਰਿਹਾ ਅਲਰਜੀਸ ਹੈਗੀ ਜਿਸ ਤਰਾਮ ਨਹੀਂ ਆ ਰਿਹਾ ਕਈ ਕੇ ਸਾਲ ਹੋ ਗਏ ਜੇ ਡਾਕਟਰ ਕੋਲ ਜਾ ਕੇ ਆ ਚੱਕੇ ਹਾਂ ਕੋਈ ਕੁਛ ਕੋਈ ਫਰਕ ਨਹੀਂ ਪੈਂਦਾ ਹਾਂਜੀ ਦੇ ਕਮ ਟੂ ਅਸ ਦੇ ਗੈਟ ਰੀਲੀਫ ਵੀ ਡੋਨਟ ਰਿਕਮੈਂਡ ਕਿ ਆਮ ਫੀਵਰ ਦਾ ਕੇਸ ਅੱਡ ਕੋ ਆ ਜਾਏ ਮਲੇਰੀਆ ਕੇਸ ਜੀ ਤਾਂ ਆਰਾਮ ਹੋ ਸਕਦੇ ਸ਼ੁਡ ਗੋ ਟੂ ਦ ਡਾਕਟਰ ਜੀ ਸਰਜੀ ਦੀ ਹੈ ਸਰਜੀ ਕਰਾ ਐ ਅਸਕੋ ਸਰਜੀ ਦੇ ਖਿਲਾਫ ਥੋੜਾ ਤੇ ਅੱਜ ਅਸੀਂ ਕਿਸੀ ਕਿਸੀ ਸਰਜਰੀ ਕਰਾਉਣੇ ਆ ਮੈਂ ਵੀ ਡਾਕਟਰ ਹਾਂ ਹਾਂਜੀ ਤੁਹਾਨੂੰ ਨਹੀਂ ਪਤਾ ਵੀ ਸਰਜੀ ਸਕਸੈਸਫੁਲ ਹੋਣੀ ਕਿ ਨਹੀਂ ਹੋਣੀ ਬਿਲਕੁਲ ਦਵਾਈ ਦੇ ਰਹੇ ਹੋ ਤੇ ਅਸਰ ਹੋਣਾ ਕਿ ਨਹੀਂ ਹੋਣਾ ਠੀਕ ਹੋਣਾ ਕਿ ਗਲਤ ਹੋਣਾ ਹਾਂਜੀ ਇਹ ਤਾਂ ਸਾਈਡ ਇਫੈਕਟਸ ਹੋਣੇ ਹਾਂਜੀ ਇਹ ਕਹਿੰਦੇ ਹਾਂ ਤੁਸੀਂ ਪਾਠ ਕਰਦੇ ਬਈ ਬੁਰਾ ਸੇ ਨਹੀਂ ਹੁੰਦਾ ਤੇਜ ਨਾਮ ਹੁੰਦਾ ਹੈ ਹੀਲਿੰਗ ਸ਼ਾਰਟਰ ਹੋ ਜਾਂਦੀ ਕੁਇਕਰ ਹੋ ਜਾਂਦੀ ਹੈ ਬੈਟਰ ਹੋ ਜਾਂਦੀ ਹੈ ਜਿਸ ਵੀ ਹੈਵ ਸੀਨ ਇਟ ਮੈਨੀ ਟਾਈਮਸ ਸੋ ਪਾਠ ਤੇ ਲਾਗੂ ਹੈ ਹਰ ਇੱਕ ਬੰਦੇ ਵਾਸਤੇ ਬਿਮਾਰੀ ਤੋਂ ਬਿਨਾ ਵੀ ਪਾਠ ਕਰੋਗੇ ਬਿਮਾਰੀ ਨਹੀਂ ਹੋਏਗੀ ਬਿਮਾਰੀ ਵੇਲੇ ਪਾਠ ਕਰੋ ਮਰੀ ਜਲਦੀ ਨਾਮ ਆ ਜਾਏਗਾ ਜੀ ਇਹ ਆਸ ਰੱਖੋ ਮਨ ਮਾਹੇ ਸਰਵ ਰੋਗ ਨਾਨਿਕ ਮਿਟ ਜਾਏ ਗੁਰੂ ਸਾਹਿਬ ਨੇ ਕਿਹਾ ਇੱਕ ਇਤਿਹਾਸ ਰੱਖ ਲਓ ਹਾਂਜੀ ਇਲਾਜ ਚ ਪਹਿਲੇ ਵੀ ਇਲਾਜ ਵੇਲੇ ਇਲਾਜ ਤੋਂ ਬਾਅਦ ਵੀ ਜੇ ਵੀ ਰੋਗ ਨਹੀਂ ਰਹਿਣਗੇ ਤੁਹਾਡੇ ਗੁਰੂ ਸਾਹਿਬ ਨੇ ਲਿਖ ਕੇ ਦਿੱਤਾ ਕੋ ਸਾਡੀ ਕੋਈ ਹੈ ਨਹੀਂ ਕ੍ਰिएशन ਹੀ ਹੈਗੀ ਬਿਲਕੁਲ ਬਿਲਕੁਲ ਤਾਂ ਜਿ세 ਤੁਸੀਂ ਗੱਲ ਕੀਤੀ ਆ ਕਿ ਇਸ ਦੇ ਵਿੱਚ ਐਨੀ ਪਾਵਰ ਹੈ 올 ਲਾਈਕ ਲਾਸਟ ਦਵਾਰ ਜਿਹੜਾ ਹੁੰਦਾ ਕਿ ਰੱਬ ਦਾ ਦਵਾਰ ਹੈ ਤੁਸੀਂ ਜਾ ਕੇ ਸੀ ਇਸ ਚੀਜ਼ ਨੂੰ ਪੜਦੇ ਆ ਜਾਂ ਸੁਣਦੇ ਆ ਤਾਂ ਦਨ ਪਾਵਰਫੁਲੀ ਆਪਣੇ ਆਪ ਐਸੀ ਹੀਲ ਹੋ ਜਾਂਦੇ ਆ ਐਂਡ ਵਾਟ ਆ ਸਮਥਿੰਗ ਥੈਟ ਡਾਕਟਰ ਕੈਨ ਡੂ ਦ ਗੁਰਵਾਨੀ ਕੁਡ ਡੂ ਥੈਟ ਰਾਈਟ ਬਟ ਫਿਰ ਕੀ ਰੀਜ਼ਨ ਹੈ ਕਿ ਅੱਜਕਲ ਦੇ ਸਾਡੇ ਸਪੈਸ਼ਲੀ ਪੰਜਾਬ ਵਿੱਚ ਉਸ ਨੇ ਕੈਂਪ ਲਗਾਉਂਦੇ ਹੋ ਕੀ ਰੀਜ਼ਨ ਹੈ ਕਿ ਸਾਡੇ ਅੱਜਕਲ ਦੀਆਂ ਬੀਬੀਆਂ ਜਾਂ ਸਾਰੇ ਬਜ਼ੁਰਗ ਨੇ ਉਹ ਜੇ ਸਾਧਾਂ ਦੇ ਡੇਰਿਆਂ ਤੇ ਜਾ ਕੇ ਬੈਠੇ ਰਹਿੰਦੇ ਨੇ ਉਹਨਾਂ ਤੋਂ ਜਾ ਕੇ ਮੰਗਣਾ ਸ਼ੁਰੂ ਕਰ ਦਿੱਤਾ ਜਾਂ ਫਿਰ ਗੁਰਦੁਆਰਿਆਂ ਦੇ ਵਿੱਚ ਜਾ ਕੇ ਉਹ ਇਸ ਤਰ੍ਹਾਂ ਦੇ ਫੇਕ ਡਾਕਟਰਸ ਰੱਖਿਓ ਨੇ ਇਸ ਬਾਰੇ ਤੁਸੀਂ ਓਵਰਆਲ ਕੀ ਦੇਖਦੇ ਹੋ ਦੇਖੋ ਮੈਂ ਉਹ ਜੇ ਸਾਡੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਜੀ ਇਹ ਤਾਂ ਉਹਨਾਂ ਦੇ ਲੈਕ ਆਫ ਨੌਲੇਜ ਹੈ ਜੀ ਅਸੀਂ ਨਹੀਂ ਦੱਸ ਸਕੇ ਗੁਰਬਾਣੀ ਦਾ ਕੀ ਪਾਵਰ ਹੈ ਹਾਂਜੀ ਗੁਰਬਾਣੀ ਕੀ ਕਰ ਸਕਦੀ ਹੈ ਕੋਈ ਵਹਿਮ ਪਰੰਜਾਨ ਦੀ ਲੋੜ ਨਹੀਂ ਸਾਕੋ ਸਾਡੇ ਕੋਲ ਤਾਂ ਹਿੰਦੂ ਬਹੁਤ ਆਉਂਦੇ ਆ ਜੀ ਹਿੰਦੂ ਇੰਨੇ ਇੱਕ ਪਿਆਰ ਨਾਲ ਪਾਠ ਕਰਦੇ ਬਈ ਅਮ੍ਰਿਤ ਸਰਪ੍ਰਾਈਜ਼ ਮੈਂ ਸਮਝਦਾ ਹਾਂ ਕਿ ਹਿੰਦੂ ਜਿਆਦਾ ਸੁੱਜੀ ਸਾਡੇ ਨਾਲ ਬਿਲਕੁਲ ਕੋਈ ਸਾਨੂੰ 27 ਸਾਲ ਹੋ ਗਏ ਕੰਮ ਕਰਦੇ ਨੇ ਤੇ ਬਹੁਤ ਪਿਆਰ ਨਾਲ ਪਾਠ ਕਰਕੇ ਜਾਂਦੇ ਆ ਬੜੇ ਪਿਆਰ ਨਾਲ ਸ਼ਰਧਾ ਨਾਲ ਕਿਤੇ ਹਰਿਆਣੇ ਚ ਆਉਂਦੀ ਹੈ ਵਿਚਾਨ ਨੂੰ ਪਤਾ ਨਹੀਂ ਪਾਠ ਕਰਦਾ ਅਗਰ ਤੁਹਾਨੂੰ ਗੁਰਨਾਨਕੀ ਬੋਲਿਆ ਕਰੋ ਜੰਮੂ ਕਸ਼ਮੀਰ ਤੋਂ ਲੇਡੀਜ਼ ਆਈਆਂ ਸਾਡੇ ਹਾਂ ਜੀ ਸੋ ਇਹ ਇੱਚ ਕੋਈ ਸਾਨੂੰ ਸਾਧਾ ਦੇਰਾਂ ਸਾਲ ਕੰਸਰਨ ਨਹੀਂ ਜੋ ਬੜੀ ਖੁਸ਼ੀ ਦੀ ਗੱਲ ਹੈ ਜੋ ਮੈਂ ਸਮਝਾਇਆ ਸੇਵਾ ਸੇਵਾ ਕਰਕੇ ਵੀ ਵੱਡੇ ਭਾਗਾ ਨਾਲ ਗੁਰਬਾਣੀ ਦੀ ਸੋਝੀ ਹੋਣੀ ਹੈ ਜੇ ਤੁਹਾਡੀ ਗੁਰੂ ਸਾਹਿਬ ਨੇ ਬਖਸ਼ਿਸ਼ ਨਹੀਂ ਕੀਤੀ ਗੁਰਬਾਣੀ ਤੁਹਾਨੂੰ ਸੋਝ ਲਗਣੀ ਮੈਂ ਸਾਰਿਆਂ ਨੂੰ ਗੁਰਦਵਾਰ ਸੇਬ ਅਟਟੇ ਕਿ ਜੋ ਜੀ ਗੁਰੂ ਦੀ ਬਖਸ਼ਿਸ਼ ਹੋਣੀ ਹੈ ਫਿਰ ਸੋਝੀ ਹੋਣੀ ਹੈ ਤੇ ਗੁਰੂ ਦੀ ਬਖਸ਼ਿਸ਼ ਕਿਸ ਤਰ੍ਹਾਂ ਹੋ ਸਕਦੀ ਹੈ ਭਈ ਅਨਪੜ੍ਹ ਬੰਦੇ ਤੇ ਵੀ ਹੋ ਸਕਦੀ ਹੈ ਹਿੰਦੂ ਦੇ ਵੀ ਹੋ ਸਕਦੀ ਹੈ ਕਿ ਸਿਰਫ ਧਰਮ ਵਾਲੇ ਦੇ ਬੰਦੇ ਤੇ ਹੋ ਸਕਦੀ ਹੈ ਬਿਲਕੁਲ ਕੋਈ ਡਿਸਟਿੰਕਸ਼ਨ ਨਹੀਂ ਹਾਂਜੀ ਜੀ ਜੀ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਉਹ ਕੋਈ ਫਰਕ ਕੋਈ ਫਰਕ ਨਹੀਂ ਹੈ ਜੀ ਸਾਰੇ ਇੱਕ ਹੀ ਹੈ ਹਾਂਜੀ ਪਰ ਡੈਫੀਨਿਟਲੀ ਜੇ ਫਿਰ ਕੋ ਮੈਨੂੰ ਕੈਂਸਰ ਹੋ ਗਿਆ ਸਾਡਾ ਗਮਰੀਜ ਹੈ ਹਾਂਜੀ ਜਿਹਨੂੰ ਕੈਂਸਰ ਸੀ ਸਟੋਮਕ ਦੀ ਜੀ ਪਹਿਲੇ ਇਹਨਾਂ ਵਿਸ਼ਵਾਸ ਨਹੀਂ ਸੀ 15 ਸਾਲ ਹੋ ਗਏ ਠੀਕ ਹੋਏ ਨੂੰ ਹਾਂਜੀ ਹੁਣ ਤੋਂ ਬੰਦੇ ਦੀ ਜ਼ਿੰਦਗੀ ਬਦਲ ਗਈ ਉਹ ਤਾਂ ਪਾਠ ਹਰ ਵੇਲੇ ਪਾਠ ਕਰਦਾ ਹੈ ਕੈਂਸਰ ਨਾ ਹੁੰਦੀ ਇਹ ਤਾਂ ਕਈ ਕਿਸਾੜੇ ਕੋ ਕੇਸ ਹੈ ਹਾਂਜੀ ਜਿਹੜੇ ਕਮਿਟਿਡ ਨਹੀਂ ਗੁਰਬਾਣੀ ਨਾਲ ਹਾਂਜੀ ਆਰਾਮ ਆ ਗਿਆ ਹਾਂਜੀ ਤੇ ਉਹ ਹੁਣ ਇੰਨਾ ਕਿ ਅਟੈਚਮੈਂਟ ਹੋ ਗਈ ਆਪ ਬੰਦੇ ਨੇ ਨਹੀਂ ਸਮਝ ਨਹੀਂ ਗੁਰਬਾਣੀ ਜਿਹਨੀ ਉਹਨਾਂ ਨਾਲ ਲੱਗ ਗਈ ਜੀ ਸੁਣ ਜੀ 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 ਦੁਖਦਾਰੂ ਹਾਂਜੀ ਦੁਖਦਾਰੂ ਹੈ ਤੇ ਇਹਨੂੰ ਅੰਡਰਸਟੈਂਡ ਕਰਨਾ ਦੁੱਖ ਜ਼ਰੂਰੀ ਹੈ ਜੀ ਦੁਖਦਾਰੂ ਹੀ ਹੋਇਆ ਬਿਲਕੁਲ ਤੇ ਜੋ ਅਸੀਂ ਹੁਣ ਇੰਨੇ ਸੇਵਾ ਸਾਲ ਇੰਨੇ ਸਾਲ ਸੇਵਾ ਕਰਦੇ ਦੇਖਿਆ ਹੈ ਕਿ ਜਿਨ੍ਹਾਂ ਬਿਮਾਰੀਆਂ ਸੀ ਨਹੀਂ ਬਹੁਤ ਸੀਰੀਅਸ ਉਹਨੂੰ ਡਾਕਟਰ ਵੀ ਬਣ ਗਿਆ ਹਾਂਜੀ ਉਹ ਕੁਆਲੀਫਾਈਡ ਡਾਕਟਰ ਬਣ ਗਿਆ ਹਾਂਜੀ ਇਨ ਦ ਸੈਂਸ ਕਿ ਆ ਡਾਕਟਰ ਦੀ ਮੇਰੀ ਰਾਖੀ ਕੀ ਹੁੰਦੀ ਮੈਂ ਤਾਂ ਦੋ ਬੰਦੇ ਠੀਕ ਨਹੀਂ ਕਰ ਸਕਦਾ ਹਾਂਜੀ ਅੱਜ ਵੀ ਜੇ ਮੈਂ ਪੂਰੀ ਬਹੁਤ ਸਪੈਸ਼ਲਿਸਟ ਵੀ ਹੁੰਦਾ ਕਿੰਨੇ ਕੁ ਬੰਦੇ ਠੀਕ ਹੁੰਦੇ ਹਨ ਕਿ 100% ਤਾਂ ਠੀਕ ਨਹੀਂ ਹੁੰਦੇ ਜੀ ਪ੍ਰੋਮਿਸ ਆਉਂਦੀ ਹੈ ਤੇ ਇਹ ਦਵਾਈ ਇਹੋ ਜੀ ਹੈ ਜਿੱਥੇ ਹਰ ਗੁਬਦਨੇ ਨੂੰ ਆਉਂਦਾ ਹੈ ਹਰ ਗੁਬਦਨੇ ਨੂੰ ਆਉਂਦਾ ਹੈ ਹਾਂਜੀ ਠੀਕ ਹੈ ਨਾ ਜੀ ਹਾਂਜੀ ਅਮ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਗੁਰਬਾਣੀ ਦੀ ਬਈ ਤੇ ਗੁਰਬਾਣੀ ਦੀ ਲਾਈਕ ዱ ਵੀ ਹੈਵ ਟੂ ਗੋ ਰੂ ðiਸ ਕੈਂਪਸ ਔਰ ਜਿਸ ਤਰ੍ਹਾਂ ਲੋਕ ਆਪਣੇ ਘਰਾਂ ਦੇ ਵਿੱਚ ਵੀ ਨੋਰਮਲ ਜਿੱਦਾਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਉਸੇ ਤਰ੍ਹਾਂ ਪੜ੍ਹ ਕੇ ਆਪਣੇ ਆਪ ਨੂੰ ਹੀਲ ਕਰ ਸਕਦੇ ਹਾਂ ਦੇਖੋ ਤੁਸੀਂ ਹੀਲ ਕਰ ਸਕਦੇ ਆ ਨੰਬਰ 1 ਨੰਬਰ 2 ਜਿਹੜਾ ਸੰਗਤ ਦਾ ਲਾਹਾ ਹੁੰਦਾ ਨਾ ਬਈ ਹਾਂਜੀ ਉਹ ਕੋਈ ਮੈਚ ਨਹੀਂ ਹੋ ਸਕਦਾ ਕੋਈ ਸਾਡੇ ਕੋਲ ਲੁਧਿਆਣੀ ਚ ਸੰਗਤ ਹੈ ਐਟਲੀਸਟ 25 30 ਬੰਦੇ ਉਹ ਬੈਠੇ ਜਿਹਨਾਂ ਰਾਮ ਬਾਚਕ ਹੈ ਖਤਨਾਕ ਮਾਰੀਆਂ ਤੋਂ ਉਹਨਾਂ ਕੋਲ ਬੈਠ ਕੇ ਡੈਫੀਨਟਲੀ ਇੰਡਕਸ਼ਨ ਹੁੰਦੀ ਤੁਹਾਨੂੰ ਤੁਹਾਡੀ ਹੀਲਿੰਗ ਪ੍ਰੋਮੋਟ ਹੁੰਦੀ ਹੈ ਕਿ ਸੰਗਤ ਸੰਗਤ ਵਿੱਚ ਪਾਵਰ ਹੈ ਨਾ ਸੰਗਤ ਵਿਆਹ ਸ਼ਾਦੀ ਜਾਂਦੀ ਆਪਾਂ ਗੁਰਦੁਆਰੇ ਹਾਂਜੀ ਹੋਰ ਹੁੰਦੀ ਹੈ ਜੀ ਤੇ ਜਦੋਂ ਗੁਰਮਤ ਸਮਾਗਮ ਤੇ ਉਹ ਹੋਰ ਸੰਗਤ ਨਹੀਂ ਹੈ ਇਹ ਤਾਂ ਗੁਰਦੁਆਰਾ ਵੀ ਉਹੀ ਹੈ ਹਾਂਜੀ ਪਾਠ ਵੀ ਉਹੀ ਹੈ ਜੀ ਸੋ ਦੈਟ ਵੇ ਵੀ ਫੀਲ ਜੋ ਅਸੀਂ ਟੋਨੇ ਪੇਸ਼ੈਂਟਸ ਕਹਿੰਦਾ ਹੈ ਹਾਂਜੀ ਵੀ ਤੁਸੀਂ ਚਾਰ ਪੰਜ ਦਿਨ ਆੜ ਕੇ ਹੀਲਿੰਗ ਕੈਂਪ ਜੁਆਇਨ ਕਰ ਲਓ ਹਾਂਜੀ ਕਾਜਾ ਪਾਠ ਕਰੀ ਜਾਓ ਅੰਡੇ ਗੋਣ ਇਕੱਠੇ ਕਰ ਲਓ ਉਹਨਾਂ ਨੂੰ ਬਿਠਾਓ ਕਿਹੜੇ ਕਿਹੜੇ ਘਰ 'ਚ ਬੰਦਾ ਮਾਰਨੀ ਅੰਨੇ ਗੋਣ ਨੂੰ ਬਿਠਾ ਕੇ ਉਹਨਾਂ ਨੂੰ ਪਾਠ ਦੱਸੋ ਬਿਲਕੁਲ ਅਸੀਂ ਤਾਂ ਕਹਿੰਦੇ ਹੁਣੇ ਬਈ ਤੁਸੀਂ ਕਿਸ ਬੰਦੇ ਨੂੰ ਪੁੱਛਣ ਜਾਣੇ ਨਾ ਬੁਹਾਰ ਬੰਦਾ ਹੈ ਹਾਂਜੀ ਘਰ ਪੁੱਛੀ ਜਾਣੇ ਤਾਂ ਉਹਨੂੰ ਜਾ ਕੇ ਘਰ ਜਾ ਕੇ ਪਾਠ ਕਰਾਇਆ ਕਰੋ ਅਰਦਾਸ ਕਰਾਇਆ ਕਰੋ ਦੱਸੋ ਵੀ ਐਦਾਂ ਪਾਠ ਕਰਨਾ ਲਾਈਫ ਨੂੰ ਚੇਂਜ ਜੀ ਇੱਥੇ ਦੀ ਗੱਲ ਹੈ ਮੈਂ ਇੱਥੇ ਕਾਫੀ ਮੇਰੇ ਮੈਂ ਕੱਜ ਕੈਂਪ ਲੱਗ ਚੁੱਕੇ ਹਾਂ ਹਾਂਜੀ ਮੈਰੀਲੈਂਡ ਸਾਡੇ ਜਥਾ ਹੈਗਾ ਹਾਂਜੀ ਸਰਵਰ ਕੋਕ ਦਾ ਮਿਸ਼ਨ ਦਾ ਤੋ ਇੱਕ ਬੰਦਾ ਸਿੱਖ ਜੈਂਟਲਮੈਨ ਬਿਲਕੁਲ ਜਿਗਨਿਸ ਕਰਦਾ ਕਿ ਪਾਠ ਨਾਮ ਆ ਸਕਦਾ ਜੀ ਉਹ ਕਹਿੰਦੇ ਮੈਂ ਪਾਠ ਨਹੀਂ ਕਰਨਾ ਹਾਂਜੀ ਤੇ ਸਾਡੇ ਬੀਬੀਆਂ ਉਹਨਾਂ ਦੇ ਘਰ ਜਾ ਕੇ ਪਾਠ ਕਰਾਈਆਂ ਤੇ ਹਫਤੇ ਬਾਅਦ ਪੁੱਛਿਆ ਉਸਕੋ ਕਿ ਉਹ ਬਿਲਕੁਲ ਠੀਕ ਹੋ ਗਿਆ ਉਹਦਾ ਮਹੀਨਤ ਬੁਖਾਰ ਨਹੀਂ ਸੀ ਉਤਰਦਾ ਹਾਂਜੀ ਪਾਰ ਘੜੀ ਜਾਂਦਾ ਸੀ ਜੀ ਦੁਆਿਆਂ ਦਾ ਕੋਸ ਨਹੀਂ ਸੀ ਹੁੰਦਾ ਠੀਕ ਹੋ ਗਿਆ ਇਸ ਕਰਕੇ ਜ਼ਰੂਰੀ ਹੈ ਕਿ ਤੁਸੀਂ ਵਿਸ਼ਵਾਸ ਨਾਲ ਤੁਸੀਂ ਕਿਸੇ ਕਿਸੇ ਵਾਸਤੇ ਜਾ ਕੇ ਪਾਠ ਕਰਾਓ ਜੀ ਇਹਦਾ ਇਮਪੈਕਟ ਤਾਂ ਹੋਣਾ ਹੀ ਹੋਣਾ ਬਈ ਬਿਲਕੁਲ ਇਹ ਤੁਸੀਂ ਇਸ ਨੂੰ ਮਤਲਬ ਕੁਝ ਨਹੀਂ ਨਾ ਹੋਇਆ ਹਾਂਜੀ ਜੀ ਤੇ ਪਲਾਸਟਿਕ ਦਾ ਪਾਠ ਕਰਦੇ ਹੋ ਹਾਂਜੀ ਤੇ ਤੁਹਾਨੂੰ ਫਾਇਦਾ ਹੋਣਾ ਬਿਲਕੁਲ ਯੂ स्टार्ट टू गेन समथिंग ਜੀ ਨੰਬਰ ਤੁਹਾਨੂੰ ਮਿਲਣਗੇ ਹੁਣ ਮੈਂ ਐਜ਼ ਅ ਡਾਕਟਰ ਪੈਸੇ ਨਹੀਂ ਕਮਾਉਂਦਾ ਹਾਂਜੀ ਆਈ डोंਟ ਅਰਨ ਐਨੀਥਿੰਗ ਥਿੰਗ ਥਰੂ ਥਿਸ ਪਰ ਡੂ ਯੂ ਥਿੰਕ ਇ ਮੇਕ ਕੋ ਗੇਨ ਹੋ ਰਿਹਾ ਬਹੁਤ ਗੇਨ ਮਿਲ ਰਿਹਾ ਪਰ ਮਾਤਮੇ ਬਖਸ਼ ਮਿਲ ਰਹੀ ਹੈ ਜੀ ਇੱਕ ਵੇ ਆਫ ਲਾਈਫ ਹੈ ਵੀ ਹਾਂਜੀ ਜੀ ਤੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਸਾਨੂੰ ਵਿਸ਼ਵਾਸ ਹੋਣਾ ਚਾਹੀਦਾ ਵਿਸ਼ਵਾਸ ਦੇ ਉੱਪਰ ਸਭ ਕੁਝ ਬਿਲਡ ਹੁੰਦਾ ਹੈ ਪਰ ਉਸ ਤੋਂ ਉਸ ਤੋਂ ਇਲਾਵਾ ਤੁਸੀਂ ਆ ਸਕਿਆ ਕਿ ਸਾਨੂੰ ਸ਼ੁਰ ਗੁਰਬਾਨੀ ਪੜ੍ਹਨੀ ਚਾਹੀਦੀ ਹੈ ਵਾਟ ਡੂ ਯੂ ਮੀਨ ਵਿਸ਼ਵਾਸ ਤੇ ਨਹੀਂ ਹੁੰਦਾ ਹੁੰਦਾ ਜੀ ਵਿਸ਼ਵਾਸ ਤਾਂ ਉਹਦੀ ਕਿਰਪਾ ਨਾਲ ਆਉਂਦਾ ਹੁੰਦਾ ਜੀ ਜਾ ਕੇ ਇਹਦੇ ਵਿਸ਼ਵਾਸ ਪਰ ਆਇਆ ਤਾਂ ਤੇ ਗੰਦਸ ਮੰਡਕਟ ਆਇਆ ਇਹ ਬਾਰ ਹੋ ਗਿਆ ਇੱਥੇ ਆ ਗਿਆ ਰਾਮ ਆ ਕੇ ਵਿਸ਼ਵਾਸ ਹੋ ਗਿਆ ਤੇ ਪਹਿਲੇ ਕਿਦੋਂ ਵਿਸ਼ਵਾਸ ਹੋ ਸਕਦਾ ਹੈ ਜੀ ਉਹ ਬੱਚਾ 2 2 ਸਾਲ ਦਾ 3 ਸਾਲ ਦਾ ਉਹ ਕਿਦਾਂ ਵਿਸ਼ਵਾਸ ਆਊਗਾ ਹਾਂਜੀ ਨਾ Hindu ਉਹ ਕਿਦਾਂ ਵਿਸ਼ਵਾਸ ਆਊਗਾ ਹਾਂਜੀ ਜਿਹਨੂੰ ਪਤਾ ਹੀ ਨਹੀਂ ਗੁਰਬਾਣੀ ਗੁਰਬਾਣੀ ਦਾ ਉਹ ਇੱਕ ਆਗੈ ਸੰਗਤ ਕਰ ਲਈ ਮੈਂ ਇਹ ਕਹਿੰਨੇ ਹੁੰਦਾ ਮੈਂ ਤੇ ਆਪਣੇ ਉੱਥੇ ਜਿਹੜੀ ਮੇਰੇ ਕੋਲ ਆਉਂਦਾ ਵੀ ਕਮ देयर ਸਿਟਸ देयर ਹਾਂਜੀ ਤੂੰ ਬਿਲਕੁਲ ਜਿੱਦਾਂ ਹੁੰਦਾ ਨਾ ਲੱਕੜ ਬਣ ਕੇ ਜੀ ਕੰਨ ਬੰਦ ਕਰਦਾ ਬੈਠ ਜਾ ਉੱਥੇ ਬੈਠ ਜਾ ਸੰਗਤ ਨੇ ਤੇਰੇ ਤੇ ਅਸਰ ਹੋਣਾ ਹੀ ਹੋਣਾ ਹੈ ਗੁਰਬਾਣੀ ਦੀ ਪਾਵਰ ਨੇ ਤੇਰੇ ਤੇ ਪੈਨੇਟ੍ਰੇਟ ਕਰਨਾ ਹੀ ਕਰਨਾ ਹੁੰਦਾ ਹੈ ਰਿਜ਼ਲ ਚੇਂਜ ਜੀ ਉਹ ਤੂੰ ਐਸਕੇਪ ਨਹੀਂ ਕਰ ਸਕਦਾ ਹਾਂਜੀ। ਤੇ ਬੈਨੀਫੀਸ਼ੀਅਲ ਇਫੈਕਟ ਵਿਲ ਬੀ देयर। ਹਾਂਜੀ। ਜੀ। ਤਾਂ ਜਿਸ ਬੰਦੇ ਨੂੰ ਲਾਈਕ ਗੁਰਬਾਣੀ ਨਹੀਂ ਪੜਨੀ ਆਉਂਦੀ ਉਹ ਫਿਰ ਸ਼ੁੱਧ ਗੁਰਬਾਣੀ ਕਿਸ ਤਰ੍ਹਾਂ ਪ੍ਰੋਪਰਲੀ ਪੜ ਸਕਦਾ ਹੈ ਲਾਈਕ ਕਹਿੰਦੇ ਚਲੋ ਪੜਾ ਲਓ। ਦੇਖੋ ਇਸ ਦਿਸ ਇਸ ਫੈਕਟਰ। ਹਾਂਜੀ। ਨਾਟ ਐਨਟਾਇਰਲੀ ਸ਼ੁੱਧ ਗੁਰਬਾਣੀ ਪੜੋ ਨਹੀਂ ਪੜੋਗੇ ਤਾਂ ਆਮ ਨਹੀਂ ਆਊਗਾ। ਹਾਂਜੀ। ਪਰ ਜੇ ਬੰਦੇ ਤੁਸੀਂ ਪਾਠ ਕਰਦੇ ਹੋ ਤਾਂ ਸ਼ੁੱਧ ਗੁਰਬਾਣੀ ਪੜੋ ਤਾਂ ਤੁਹਾਨੂੰ ਲਹਾ ਜਿਆਦਾ ਮਿਲੇਗਾ, ਗੁਰੂ ਸਾਹਿਬ ਬਖਸ਼ਿਸ਼ ਪ੍ਰਾਪਤ ਹੋਏਗੀ ਪਰ ਹੀਲਿੰਗ ਜਲਦੀ ਹੋਏਗੀ। ਜਿਹਨੂੰ ਨਹੀਂ ਪਾਠ ਕਰਨਾ ਆਉਂਦਾ ਜਦੋਂ ਅੱਟ ਜੋ ਭਾਵੇਂ ਇਕੋਂ ਗਾ ਸਤਨਾਮ ਬੋਲੇ ਜਾਏ ਵਾਹਿਗੁਰੂ ਬੋਲੀਏ ਮੰਗਲ ਟੈਨੂ ਫਿਲਮ ਬਣਾਈ ਹੈ ਬਹੁਤ ਅੱਛੀ ਗੁਰਬਾਣੀ ਦੇ ਕੌਤਕ ਤੋਂ ਬਹੁਤ ਸਾਰੇ ਮਰੀਜ਼ ਜਿਹਨਾਂ ਨੂੰ ਪਾਠ ਕਰਨਾ ਨਹੀਂ ਆਉਂਦਾ ਉਹ ਠੀਕ ਹੋਇਆ ਬਾਅਦ ਵਿੱਚ ਫਿਲਮ ਦੇਖਣ ਵਾਲੀ ਹੈ ਲੋਕਾਂ ਕਹੇ ਦੇਖੀਏ ਗੁਰਬਾਣੀ ਦੇ ਕੌਤਕ ਦੇਖਣ ਵਾਲੀ ਹੈ ਜੀ ਜੀ Doctor, sir, just like today we see our today generation, uh, they gained weight, and for that we go to gyms, and because uh, of the weight, we are having a lot of health problems, health issues as well. And just like our daily lifestyle, right? So, like, Gurbaani, which just like, we could, I mean, not like heal, but sometimes like we could maintain ourselves as well. Gurbani is a decent. ਬੂ ਬਣੀ ਤੁਸੀਂ ਆਪਣੇ ਕੋ ਹੈਲਦੀ ਰਹੋ ਆਪਣਾ ਆਪਣਾ ਸਪੋਰਟਸ ਐਕਟੀਵਿਟੀ ਕਰੋ ਜੀ ਪਲੇ ਵੈਲ ਸਟੱਡੀ ਵੈਲ ਪੜ੍ਹ ਕਰੋ ਇਹ ਕਿਧਰੇ ਲਿਖਿਆ ਵੀ ਪਾਰਟੀ ਕਰਨ ਨਾਲ ਸ ਪੜ੍ਹਾਈ ਨਹੀਂ ਕਰਨੀ ਤੇ ਗੇਮਸ ਨਹੀਂ ਖੇਡਨੀ ਕਿੱਥੇ ਲਿਖਿਆ ਨਹੀਂ ਭੱਜਨ ਮੋਟਾਪੇ ਦੀ ਲਾਈਕ ਬਿਮਾਰੀ ਹੋਵੇ ਲਾਈਕ ਯੂ ਮਸਟ ਨੋ ਵਾਟ ਇਟ ਇਜ਼ ਐਸ ਐਸ ਅ ਪਰਸਨ ਜੀ ਇੱਥੇ ਅਮਰਗਜ ਰਹਿੰਦੇ ਹੋ ਯੂ ਮਸਟ ਨੋ ਵਾਟ ਇਜ਼ ਕਾਜ਼ ਆਫ ਯੋਰ ਓਬੈਸਟੀ ਔਰ ਦ ਫੂਡਸ ਵਿਚ ਕੈਨ ਕਾਜ਼ ਆਫ ਓਬੈਸਟੀ ਜੀ ਔਰ ਸੋ ਇਟ ਯੂ ਮਸਟ ਨਾਟ ਡੂ ਇਟ ਆ ਬੈਟਰੀ ਸਾਈਜ਼ ਦੀ ਜਿਹੜੀ ਕੈਪੈਸਿਟੀ ਹੋਣੀ ਹੋਣੀ ਹੈ ਵੀ ਐਕਟਿਵ ਜੀ ਜੀ ਐਕਸਰਸਾਈਜ਼ ਕਰੋ ਨੋ ਬਟ ਦੈਟਸ ਵੀ ਆਸਕਿੰਗ ਯੂ ਲਾਈਕ ਅ ਸਰਵਰ ਕਾ ਔਖਤ ਨਾਮ ਇਸ ਵਿੱਚ ਕਿਸ ਤਰ੍ਹਾਂ ਹੈਲਪ ਕਰੇਗਾ ਲਾਈਕ ਅਗਰ ਕਿਸੇ ਨੂੰ ਮੋਟਾਪਾ ਹੋਵੇ ਬਿਮਾਰੀ ਹੋਵੇ ਲਾਈਕ ਯੂ ਨੋ ਹਾਊ ਕੁਡ ਯੂ ਗਾਇਸ ਕੁਡ ਹੈਲਪ ਅਸ ਵਿਦ ਦੈਟ ਦੇਖੋ ਇਟ ਵਿਲ ਇਟ ਕੈਨ ਚੇਂਜ ਯੂਰ ਮਾਈਂਡ ਤੁਹਾਡੇ ਈਟਿੰਗ ਹੈਬਿਟਸ ਬਦਲ ਦੋ ਪਾਠ ਕਰੋਗੇ ਕਿੰਦਾ ਇਫੈਕਟ ਕਰਨਾ ਆਈ ਕੈਨ ਟੈਲ ਯੂ ਜੀ ਇਹ ਮੈਂ ਕਿਵੇਂ ਅਸਰ ਕਰੂ ਬਸ ਹਾਂ ਜੇ ਪਾਠ ਕਰੋਗੇ ਕੋਈ ਵੀ ਪ੍ਰੋਬਲਮ ਸੋਲਵ ਹੋਏਗੀ ਵਾਟ ਹੈਪਨਸ ਆਈ ਕੈਨ ਟੈਲ ਯੂ ਜੀ ਇਟ ਮਾਈਟ ਮਾਈਟ ਚੇਂਜ ਯੂ ਫੂਡ ਹੈਬਿਟਸ ਹਾਂਜੀ ਇਟ ਬਟ ਚੇਂਜ ਅ ਲਾਈਫ ਸਟਾਈਲ ਦੇ ਸੋ ਮਨੀ ਵੇਜ਼ ਯੂ ਕੈਨ ਡੂ ਇਟ ਜੀ ਠੀਕ ਹੈ ਐਂਡ ਬਿਫੋਰ ਬੰਦਾ ਬੈਠਾ ਉਦਾਸ ਬੰਦਾ ਖਾਈ ਜਾਂਦਾ ਹੈ ਹਾਂਜੀ ਤਾਂ ਮਿਕਸ ਉਦਾਸੀ ਦੂਰ ਹੋ ਗਈ ਹਾਂਜੀ ਤੇ ਰਿਲੀਚੇਨ ਬਿਲਕੁਲ and uh, as you said, ki de, like, uh, there is no fees for these camps. anyone yeah. can be there. or any community, any community, the look asak dene and gurbani datusi, hoja, and they could just come and listen to it. and then automatically, within a time, they will get cured. right, three, four days. they feel the difference in four days' time. they will see the difference. Oh, in four days. okay, very quick yeah, there's no match. gee, i mean, is there any like a website or something where you could, they could go, like, you know, how you say, which we do donation do you guys have any website where they could go on? or yeah. also, like, do you guys have anything else where they could, uh, instead of like, if they cannot make it to the camp, they could listen to guy, guys uh, over the phone or something? and they could still be yeah. their present there. isgoodnonhealing.com ਸਾਡਾ ਵੈਬਸਾਈਟ ਹੈਗਾ ਜੀ ਇਸ ਪੇਸ਼ੀਅੰਸ ਆਫ ਡਿਸਕ੍ਰਿਪਸ਼ਨ ਹੈ ਸਾਡੇ ਸ਼ਬਦ ਗਾਏ ਹੋਏ ਆ ਉਹ ਵੀ ਵਿੱਚ ਹੈਗਾ ਨੇਤਰੀਨ ਦਾ ਪਾਠ ਮੇਰਾ ਕੀਤਾ ਹੋਇਆ ਉਹ ਵਿੱਚ ਅਸੀਂ ਵੈਬਸਾਈਟ 'ਚ ਪਾਇਆ ਹੋਇਆ ਜੀ ਪਲੱਸ ਅਸੀਂ ਲੁਧਿਆਣੇ ਜਿਹੜਾ ਇੱਕ ਬੜੀ ਦੇਰ ਦਾ ਸਾਡਾ ਸੁਪਨਾ ਸੀ ਹਾਂਜੀ ਉਹ ਅਸੀਂ ਬਣਾ ਲਿਆ 400 ਗੱਜ 'ਚ ਸੈਂਟਰ ਬਣ ਗਿਆ ਉੱਥੇ ਲੋਕੀ ਆ ਰਹੇ ਆ ਅਸੀਂ 1 ਏਕੜ ਜਗ੍ਹਾ ਨੀਲੋਂ ਜਗ੍ਹਾ ਹੈਗੀ ਹੈ 25-26 ਕਿਲੋਮੀਟਰ ਫਰੋਮ ਲੁਧਿਆਣੇ ਜਾਓ ਚੰਦੀਗੜ੍ਹ ਦੇ ਪਾਸੇ ਨਾ ਨੀਲੋਂ ਜਗ੍ਹਾ ਹਾਂਜੀ ਸਰੰਦ ਕਨਾਲ ਦੇ ਉੱਤੇ ਨੀਲੋਂ ਹੈ ਪਿੰਡ ਜੀ ਉੱਥੇ ਅਸੀਂ 1 ਏਕੜ ਜਗ੍ਹਾ ਬਣਾਉਣਾ ਸ਼ੁਰੂ ਕੀਤਾ ਸੀ ਪੈਸੇ ਦੀ ਕਮੀ ਕਰਉਣਾ ਪੈ ਚਾਹੀਦੀ ਹੈ ਜੀ ਉਹ ਬਣ ਜਾਏ ਨਾ ਦੈਟ ਇਜ਼ ਅ ਆਈਡੀਅਲ ਸਾਡੇ ਕੋਲ ਜਗ੍ਹਾ ਨਹੀਂ ਹੈਗੀ ਪੇਸ਼ੈਂਸ ਨੂੰ ਰੱਖ ਸਕੀਏ ਹਾਂਜੀ ਉੱਥੇ ਆ ਕੇ ਲੰਗਰ ਚੱਲੇਗਾ ਗੁਰੂ ਦਾ ਉੱਥੇ ਰਹਿਣਗੇ ਪੇਸ਼ੈਂਸ ਆਰਾਮ ਬਾਕੇ ਘਰੇ ਜਾਣ ਕੋਈ ਪੈਸਾ ਨਹੀਂ ਖਰਚ ਹੋਏਗਾ ਜੀ ਸੋ ਦੈਟ ਇਜ਼ ਅ ਆਈਡੀਅਲ ਜੇ ਭਾਈ ਡੋਨੇਟ ਕਰਨਾ ਚਾਹੇ ਜ਼ਰੂਰ ਕਰਨ ਆ ਕੇ ਜਾ ਕੇ ਦੇਖ ਵੀ ਲੈਣ ਹਾਂਜੀ 385 ਐਲ ਮਾਲ ਟਾਊਨ ਵਿਖੇ ਸਾਡੇ ਹਰ ਰੋਜ਼ ਮਾਗੂ ਹੁੰਦੇ ਆ ਜੀ ਉਹ ਦਿਨ ਆ ਰਿਹਾ ਗੁਰੂ ਅਮਰਦਾਸ ਰੋਗ ਨਿਵਾਰਣ ਕੇਂਦਰ ਹਾਂਜੀ ਮੈਂ ਵੀ ਉੱਥੇ ਬੈਠਦਾ ਐਜ਼ ਅ ਡਾਕਟਰ ਬੈਠਦਾ ਜੀ ਕਿ ਜਿਨ੍ਹਾਂ ਨੂੰ ਗਾਈਡੈਂਸ ਦੀ ਲੋੜ ਹੁੰਦੀ ਹੈ देयर आई कैन प्रिਸਕਾਈਪ ਮੈਡੀਸਨ ਵੀ ਕੈਨ ਚੇਂਜ ਮੈਡੀਸਨ ਹਾਂਜੀ ਕਿ ਕਈ ਦਵਾਈਆਂ ਹੀ ਗਲਤ ਦੇ ਰਹੇ ਹੁੰਦੇ ਆ I do not know they taking wrong medication I do tell them जी. what to take what to do ਹਾਂਜੀ I feel very very happy doing this all this ਕਿ ਉਹ ਨਹੀਂ ਬੰਦੇ ਰਿਟਾਇਰ ਹੋ ਜਨ ਮੇਰੀ ਉਮਰ ਚ ਪਹੁੰਚ ਗਏ ਹਾਂਜੀ ਤਾਂ ਹਮ ਰਿਟਾਇਰ ਬਿਲਕੁਲ ਬਿਲਕੁਲ ਜੀ ਡਾਕਟਰ ਸਬਜੀਤ ਡਾਕਟਰ ਸਬਜੀਤ ਸਰਾ ਲਾਈਕ ਵੀ ਆਰ ਸੇਕਿੰਡ ਵੀ ਨੋ ਕਿ ਅਸੀਂ ਪੰਜਾਬ ਦੇ ਵਿੱਚ ਸਾਡੇ ਜਿਹੜੇ ਅੱਜ ਦੇ ਜਵਾਨੀ ਆ ਅੱਜ ਜਨਰੇਸ਼ਨ ਕੀ ਫੇਸ ਕਰ ਰਿਹਾ ਦਾ బిਗੇਸਟ ਪ੍ਰੋਬਲਮ ਦੈਟ ਵੀ ਆਰ ਫੇਸਿੰਗ ਇਨ ਪੰਜਾਬ ਰਾਈਟ ਨਾਓ ਜਿਸ ਦਾ ਸਾਡੇ ਸਾਰੇ ਅੱਜ ਦੇ ਬੱਚੇ ਆ ਉਹ ਕਿਸ ਤਰ੍ਹਾਂ ਡਰਗ ਐਡਿਕ ਹੋ ਰਹੇ ਆ রাইਟ ਐਂਡ THEN ਪੀਪਲ ਆਰ ਲਾਈਕ ਕਿਸ ਤਰ੍ਹਾਂ ਬੱਚੇ ਸਾਡੀ ਜਿਹੜੀ ਪੰਜਾਬ ਦੀ ਜਵਾਨੀ ਸਿੱਖਾਂ ਦੇ ਬੱਚੇ ਆ ਉਹ ਕਿਸ ਤਰ੍ਹਾਂ ਡਰਗ ਦੇ ਦਲਦਲ ਦੇ ਵਿੱਚ ਤਲ ਰਹੇ ਆ ਕੈਨ ਯੂ ਟੋਲਸ ਅ ਲਿਟਲ ਬੀ ਮੋਰ ਪਾਵਰ ਆਫ ਗੁਰਬਾਨੀ ਕਿ ਜਿਸ ਤਰ੍ਹਾਂ ਬੱਚੇ ਵੀ ਇਸ ਚੀਜ਼ ਦੇ ਬਾਦ ਜੁੜ ਜਾਣ ਦੇਖੋ किमें प्रचार होना है तुम कहो भी क्रिस्चैनिटी का प्रचार चर्च च क्रिस्चैनिट का प्रचार घर हो पीपल बिलीव इन क्रिस्चैनिटी बच्चे उजुकेशन देंगे वे ऑफ लाइफ लिव दैट लाइफ द चिल्ड्रन फॉलो दैट लाइफ जो कल बैठ के मैं ही आप ही ए पुट्ठे काम करने तो बच्चों ने करने, करने पैसा आ गया मत साड़ी खराब हो गई असं नहीं रह सकते तो स्टॉप चिल्ड्रन मैं झूठ बोलूँगा बच्चा तू झ न बोलीबल ਯੂ ਹੈਵ ਟੂ ਹੈਵ ਘਰ ਬੈਠ ਕੇ ਪਾਠ ਕਰੋ ਬੱਚਿਆਂ ਨੂੰ ਲਾਓ ਪੜ੍ਹਾਈ ਸਰ ਪੜ੍ਹਾਈ ਬੜੀ ਜ਼ਰੂਰੀ ਜਿਸ ਟਿਊਸ਼ਨ ਰਖਾ ਦੇ ਜੀ ਮੈਂ ਅਸੀਂ ਵੀ ਮੈਂ ਸਕਾਲਰਸ਼ਿਪ ਲੈਂਦਾ ਰਿਹਾ ਪਿੰਡ ਚ ਪੜ੍ਹੇ ਆ ਡਾਕਟਰ ਬਣ ਗਏ ਹਾਂਜੀ ਸਾਡੇ ਫਾਦਰ ਨੇ ਪਾਠ ਕਰਨ ਵਾਸਤੇ ਗਿਆ ਹਾਂਜੀ ਇਹਦੇ ਮੈਂ ਸਮਝਾ ਕਿ ਦੈਟ ਇਜ਼ ਅ ਵੇ ਆਫ ਲਾਈਫ ਬੱਚਿਆਂ ਨੂੰ ਪਾਠ ਜ਼ਰੂਰ ਕਰਾਓ ਬਈ ਪਾਠ ਕਰਾ ਲਿਆ ਤੁਹਾਡੇ ਨੰਬਰ ਵੀ ਆਉਣਗੇ ਹਾਂਜੀ ਬੱਚੇ ਵੀ ਲਾਇਕ ਹੋਣਗੇ ਜੀ ਨਸ਼ੇ ਦੀ ਜ਼ਰੂਰਤ ਨਹੀਂ ਪੈਗੀ ਜੀ ਨਸ਼ਾ ਆਪਾਂ ਕਿਉਂ ਕਰਦੇ ਆ ਕਿਉਂ ਕਰਦੇ ਨੇ ਸ਼ੈਮਸ ਬਾਏ ਦਿਵੇ ਆਈ ਹੈਵ ਨੋ ਆਈਡੀਆ ਹੈਵਨ ਡਨ ਇਟ ਐਨੀ ਵੇ ਲੈਸ ਵੀ ਉਦੋਂ ਕਰਦੇ ਆ ਜਦੋਂ ਅਸੀਂ ਸੱਚ ਨਾਲ ਨਹੀਂ ਜੁੜਦੇ ਜੀ ਝੂਠ ਨਾਲ ਜੁੜੇ ਹੁੰਦੇ ਆ ਆਪਣੇ ਆਪ ਨੂੰ ਹਾਈਡ ਕਰਨਾ ਚਾਹੁੰਦੇ ਆ ਜੋ ਸੱਚ ਉਹ ਫੇਸ ਨਹੀਂ ਕਰਨਾ ਚਾਹੁੰਦੇ ਬਿਲਕੁਲ ਥੋੜੀ ਜਿਹੀ ਨਸ਼ਾ ਖਾ ਕੇ ਉਹ ਸੱਚ ਟੁੱਟ ਗਿਆ ਝੂਠ ਨਾਲ ਜੁੜ ਗਿਆ ਮਾਹੌਜ ਆ ਗਈ ਜੀ ਉਦੋਂ ਡਿਪਰੈਸ ਹੋ ਹੀ ਰਹਿਣਾ ਨਸ਼ਾ ਖਾ ਕੇ ਚੜ੍ਹਦੀ ਕਲਾ ਚ ਹੋਗੇ ਜੀ ਸੋ ਦੋਮਾਈਟ ਦੈਟ ਡੁਪਲੀਕੇਸੀ ਲੋੜੀ ਪਹਚਾਏਗੀ ਜਦੋਂ ਤੁਹਾਡਾ ਮਨ ਹੀ ਖੁਸ਼ ਰਹੇਗਾ ਤੇ ਅਸੀਂ ਲੋੜੀ ਪਏਗੀ ਬਿਲਕੁਲ ਕਾਮਯਾਬੀ ਹੋਈ ਪੈਸਾ ਹੋਇਆ ਇਹ ਗੱਲ ਯਾਦ ਰੱਖ ਲੋ ਬਈ ਗੁਰਬਾਣੀ ਪੜੋਗੇ ਤੁਸੀਂ ਕਾਮਯਾਬ ਹੋਵੋਗੇ ਹਾਂਜੀ ਤੁਹਾਨੂੰ ਕੋ ਪੈਸਾ ਵੀ ਆਏਗਾ ਮੰਗਣਾ ਨਹੀਂ ਪਏਗਾ ਜੀ ਤੁਸੀਂ ਰਾਜੇ ਬਣੋਗੇ ਮੰਗਤੇਰੀ ਬਣੋਗੇ ਬਿਲਕੁਲ ਸੋ ਥਿਸ ਇਜ਼ ਅ ਵੇ ਆਫ ਲਾਈਫ ਨਾਟ ਹੀਲਿੰਗ ਓਨਲੀ ਜੀ ਤੁਸੀਂ ਗੁਰਬਾਣੀ ਨਾਲ ਜੋੜੋ ਬੱਚਿਆਂ ਨੂੰ ਬਿਲਕੁਲ ਥਿਸ ਇਜ਼ ਅ ਵੇ ਜਿਹਨੇ ਬਾਜੀ ਹਸਪਤਾਲ ਖੋਲੋ ਡਿਕਟਿਸ਼ਨ ਸੈਂਟਰ ਖੋਲੋ ਹਾਂਜੀ ਇਹਨਾਂ ਨਾਲ ਗੱਲ ਬਣਨੀ ਹਾਂਜੀ ਦਿਸ ਇਜ਼ ਅ ਵੇ ਵੀ 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 ਆਰ ਗੋਇੰਗ ਰੋਂਗ ਵੇ ਹਾਂਜੀ ਜੀ ਤਾਂ ਸਾਰੇ ਕੋ ਦੋ ਤਿੰਨ ਮਿੰਟ ਰਹਿ ਗਏ ਨੇ ਐਟ ਦੀ ਐਂਡ ਅਸੀਂ ਮੇ ਵਨ ਮੋਰ ਟਾਈਮ ਆਈ ਵਿਲ ਆਸਕ ਯੂ ਸੇਮ ਕੁਐਸਚਨ ਜਿਸ ਤਰ੍ਹਾਂ ਤੁਸੀਂ ਸ਼ੁੱਧ ਗੁਰਬਾਣੀ ਦੀ ਗੱਲ ਕਰਦੇ ਹੋ ਕਿਸ ਚੀਜ਼ ਨੂੰ ਆਧਾਰ ਬਣਾ ਕੇ ਤੁਸੀਂ ਇਸ ਚੀਜ਼ ਦੀ ਗੱਲ ਕਰਦੇ ਹੋ ਆਧਾਰ ਯਾ ਸ਼ੁੱਧ ਤਾਂ ਕੀ ਆਧਾਰ ਹੁੰਦਾ ਬਈ ਮੈਂ ਜਿਸ ਤਰ੍ਹਾਂ ਆਪਾਂ ਮੈਂ ਤੁਹਾਨੂੰ ਫਾਰ ਐਗਜ਼ਾਮਪਲ ਦੱਸਦਾ ਹਾਂਜੀ ਜਿਹਦਾ ਮੂਲ ਮਤਲਬ ਦਾ ਪਾਠ ਕਰਨਾ ਹੈ ਓਕੇ ਇੱਕ ਓੰਕਾਰ ਹੁਣ ਕਈ ਵਾਰ ਇੱਕ ਇੱਕ ਓ ਇੱਕ ਓੰਕਾਰ ਹਾਂਜੀ ਇੱਕ ਓਮਕਾਰ ਸਤਿਨਾਮ ਤਤ ਤਿਨ ਸਿਹਾਰੀ ਓਮ ਓਂਕੜ ਪੜਦੇ ਸਤਨਾਮ ਹਾਂਜੀ ਸਤਨਾਮ ਪੜਿਓ ਸਿਹਾਰੀ ਨਹੀਂ ਬੋਲੀ ਗਈ ਓਂਕੜ ਨੂੰ ਬੋਲੇ ਗਿਆ ਜੋ ਵੀ ਲਗਾ ਮਾਤਰਾ ਇਹਨੂੰ ਸਤਕਾਰ ਕਰਨਾ ਹੈ ਮੰਚ ਵਸਾਉਣਾ ਸਤਿਨਾਮ ਜੀ ਕਰਤਾ ਪੁਰਖ ਖਖੇ ਓਂਕੜ ਨਿਰਭਉ ਨਿਰਭੋ ਨਿਰਵੈਰ ਰਰ ਓਂਕੜ ਹਾਂਜੀ ਅਕਾਲ ਮੂਰਤ ਤਤ ਤਿਨ ਸਿਹਾਰੀ ਅਜੁਨੀ ਸੈ ਭੰ ਗੁਰਪ੍ਰਸਾਦ ਦਦਨਸ਼ਿਆਰੀ ਹਾਂਜੀ ਕੈਲੀਫੋਰਨੀਆ ਕੈਂਪ ਲੱਗਿਆ ਦੇਖੀ ਲਈ ਕੈਂਪ ਪੜ੍ਹੇ ਲਿਖੇ ਬੰਦੇ ਤੇ ਮੈਂ ਕਿਹਾ ਐਦਾਂ ਕਰੋ ਤੁਸੀਂ ਪਾਠ ਹੋਰ ਜੀ ਕਰਦੇ ਆ ਨਾ ਹਾਂਜੀ ਕਾਪੀ ਪੈਨਸਲ ਲੈ ਲਓ ਤੇ ਮੂਲ ਮਤ ਸਿੱਧ ਪਾਠ ਕਰਕੇ ਲਿਖ ਕੇ ਮੈਨੂੰ ਦਿਖਾ ਦਿਓ ਬਿਲਕੁਲ ਨਵਲੀ ਗ੍ਰੈਜੂਏਟ ਜੀ ਪੜ੍ਹ ਨਹੀਂ ਨਹੀਂ ਹਾਂਜੀ ਤੇ ਕਿਧਰੇ ਖੋ ਕਿੱਦਾਂ ਤੇ ਗੁਰੂ ਸਾਹਿਬ ਨੂੰ ਪਤਾ ਕੀ ਹੈ ਹਾਂਜੀ ਹਰ ਪੜ੍ਹ ਹਰ ਲੇਖ ਹਰ ਜਾਪ ਹਰ ਗਾਉ ਹਾਂਜੀ ਹਰ ਫੌਜਲ ਬਾਰ ਉਤਾਰੀ ਜੀ ਤੇ ਗੁਰੂ ਸਾਹਿਬ ਤੁਸੀਂ ਕਿਹੜੀ ਗੱਲ ਮੰਨਦੇ ਹੋਵੇ? ਜੀ। ਪੜਦੇ ਨਹੀਂ, ਲਿਖਦੇ ਨਹੀਂ, ਜਪਦੇ ਨਹੀਂ, ਗਾਉਂਦੇ ਨਹੀਂ। ਹਾਂਜੀ। ਕੁਝ ਵੀ ਨਹੀਂ ਕਰਦੇ। ਜੀ। ਤਾਂ ਜਿਦਾਂ ਤੁਸੀਂ ਗੱਲ ਕੀਤੀ ਕਿ ਸਨ ਕਰਨਾ ਚਾਹੀਦਾ ਇੱਕ ਓਮਕਾਰ ਬਸ ਲਾਈਕ ਕਿ ਜਿਵੇਂ ਗੁਰਦੁਆਰੇ ਦੇ ਵਿੱਚ ਜਾਂਦੇ ਆ ਜਾਂ ਫਿਰ ਐਨੀਵੇਅਰ ਲਾਈਕ ਵੀ ਫਾਲੋ ਦਮ ਲਾਈਕ ਯੂ نو ਦੇ ਆਲਵੇਸ ਸੇ ਇੱਕ ਓਮਕਾਰ ਸੋ ਫਾਸਟ ਬਟ ਵੇਅਰ ਡਿਡ ਯੂ ਗੈਟ ਯੂਰ ਟ੍ਰੇਨਿੰਗ? ਆ ਜਸਟ ਵਾਂਟ ਟੈਲ ਯੂ ਆਪਾ ਕਿਸੇ ਦਾ ਡਿਫੈਕਟ ਨਹੀਂ ਕਰਦੇ। ਜੀ। ਆਪਲੇ ਚੰਗੇ ਬਣ ਜਾਓ। ਜੀ। ਡੂ ਸਮਥਿੰਗ ਗੁੱਡ। ਹਾਂਜੀ। ਦੈਟ ਸ਼ੂਡ ਬੀ ਆਵਰ ਆਈਡੀਅਲ। yeah kise ne bura kahe do something good yeah mera apna i'm going to defecting anybody but the football team how can you, how can you do it yeah the football team is telling yeah system ban chuk nobody bothered this there was bothered about it gurusam key likhya hai ke keda jan da kon kon bother kard da a main as a such assi dat ke paira dekh da assi shuddh chanuk kirai da kari da haan ji assi ludiyane assi kar rahe haan haan ji ida impact bahut jada ਜੀ ਅਮਿਕੋ ਸਿੱਕੇ ਜਾਂਦੇ ਯੈਸ ਜੀ ਤੁਹਾਨੂੰ ਤਾਂ ਹੀ ਆਈ ਕੈਨ ਡੂ ਐਸ 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 ਅਰਗੇਨਾਈਜ਼ਰ ਆਮ ਡੂਇੰਗ ਇਟ ਬਟ ਆਈ ਕਾਂਟ ਆਈ ਕਾਂਟ ਸਟਾਪ ਆਦਰਸ ਯੂ ਕੈਨ ਯਾ ਆਈ ਕਾਂਟ ਯਾ ਆਈ ਡੋਟ ਟਾਈਮ ਟੂ ਫਾਈਟ ਵਿਦ them Yeah, I mean, like we are not trying to fight with anybody. We are trying to educate as people yes, as well. awareness. Right, awareness, kero, awareness ra ra so that's what I'm saying. Like people, I say, goodbye, Jhane. Like right now, I learned a little bit, of, a lot of things from you. You know, uh -huh. same thing. If someone daosonga, obviously, Sunega, But especially as the generation. but to see, I daoskar, my Sangatda, I daosay. If Sanu, Ji. nilo wala jaga banjae. Jee. see live telecast they are. Wow, that's nice. They should go through the world. Jee. Th that's what we can do. ਵੈਲ ਡਾਕਟਰ ਸਾਹਿਬ ਥੈਂਕ ਯੂ ਸੋ ਮੱਚ ਫॉर ਯੋਰ ਟਾਈਮ ਕਿ ਤੁਸੀਂ ਸਾਈ ਟੀਵੀ 84 ਦੇ ਦਸ਼ਕਾਂ ਦੇ ਰੂਬਰੂ ਹੋਏ ਆ ਐਂਡ ਤੁਸੀਂ ਆਪਣੀ ਗੁਰਬਾਣੀ ਦੇ ਪ੍ਰਸਤਨ ਦੇ ਵਿਚਾਰ ਸਾਂਝੇ ਕੀਤੇ ਟਾਈਮ ਟੂ ਟਾਈਮ ਅਸ ਚਾਹਾਂਗੇ ਫੋਨ ਦੇ ਉੱਪਰ ਵੀ ਤੁਸੀਂ ਸਾਈ ਟੀਵੀ 84 ਦਸ਼ਕਾਂ ਦੇ ਰੂਬਰੂ ਹੋ ਇਸੇ ਤਰ੍ਹਾਂ ਆਪਣੇ ਹਰ ਚੀਜ਼ ਦੇ ਬਾਰੇ ਅਪਡੇਟਸ ਦਿਓ ਐਂਡ ਹੁਣ ਤੁਹਾਡੇ ਕੋਲ ਸੀ ਆਜ਼ਾਦ ਲੈਣੇ ਕਿਉਂਕਿ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ थैंक यू सो मच वाइगुर जी का खालसा वाइगुर जी की फते वाइगुर जी का खालसा गॉड ब्लेस यू थैंक यू सो मच हम वाज अंबेर करे ਤੁਹਾਡੇ ਟੀਵੀ 84 ਚੈਨਲ ਜੀ ਜੋ ਸਿੱਖ ਕੌਜ਼ ਨੂੰ ਪ੍ਰਮੋਟ ਕਰ ਰਿਹਾ ਹਾਂ ਜੀ ਸਾਰੇ ਪ੍ਰਬੰਧਕਾਂ ਦਾ ਤੁਹਾਡਾ ਸਾਰੇ ਜੋ ਤੁਹਾਡੇ ਨਾਲ ਐਸੋਸੀਏਟਡ ਨੇ ਜੀ ਆਈ ਵਿਸ਼ ਵੈਸਟ ਆਫ ਲੱਕ थैंक यू सो मच ਬੈਸਟ ਆਫ ਟਾਈਮ ਜੀ थैंक्स सो मच थैंक यू सो मच ਤੇ ਵੀਅਰਸ ਇਸ ਦਿਨ ਨਾਲ ਅਸੀਂ ਤੁਹਾਰਡੇ ਕੁ ਵੀ ਜਾਤ ਲੈਣੇ ਹਾਂ ਤੁਸਰ ਮਿਲਾਂਗੇ ਸੇਮ ਟਾਈਮ ਸੇਮ ਸ਼ੋਰ ਤੇ ਤਦ ਤੱਕ ਲਈ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤ